ਜਗਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ ਜਬ ਗੁਰ ਬੋਲਹ ਤਬ ਬਿਸਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦਪ ਮੇਰਾ ਸਖਾ ਸਖਾਈ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾ ਬਿਦ ਤੁਮ ਹਰ ਜਾਣ ਹੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ ਸਤਨਾਮ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹਿਲਾ ਪੰਜਵਾਂ ਪੈ ਪਾਏ ਮਨਾਈ ਸੋਏ ਜੀਓ ਸਤਿਗੁਰ ਪੁਰਖ ਮਿਲਾਇਆ ਤਿਸ ਜੇ ਵਡਿਆਵਰ ਨਾ ਕੋਈ ਜੀਓ ਰਹਾਉ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਚੁਰ ਬੈਠੇ ਸਤਸੰਗੀ ਜਨੋ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਤਰਸ ਕੀਤਾ ਸਾਨੂੰ ਮਨੁੱਖੀ ਜੀਆਂ ਨੂੰ ਇਸ ਅਗੰਮੀ ਬਾਣੀ ਤੁਰਕੀ ਬਾਣੀ ਦੇ ਇੱਕ ਇੱਕ ਲਫ਼ਜ਼ ਦੇ ਇੱਕ ਇੱਕ ਉਸ ਅਗੰਮੀ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਖਸਮ ਕੀ ਬਾਣੀ ਤੁਰਕੀ ਬਾਣੀ ਹੁਕਮ ਰੂਪ ਦੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਆ ਜੀ ਕਰੋ ਆਪ ਮਨੋ ਬਿਰਤੀਆਂ ਇਕਾਗਰ ਦਾਸ ਦੇ ਸਿਰ 'ਤੇ ਮੇਰ ਭਰਿਆ ਹੱਥ ਰੱਖੋ ਆਪ ਸਾਰੀਆਂ ਸੰਗਤਾਂ ਦੀ ਤੌਫੀਕ ਦੇ ਸਦਕਾ ਇਹ ਸਾਰਾ ਉਪਰਾਲਾ ਹੋ ਰਿਹਾ ਸਤਿਗੁਰ ਜੀ ਆਪ ਵਿੱਚ ਵਰਤਨ ਔਰ ਵਿਚਾਰ ਆਰੰਭਣ ਤੋਂ ਪਹਿਲਾਂ ਸਾਰੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਉਪਰੰਤ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਇਹ ਸ਼ਬਦ ਹੈ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਆਪਾਂ ਉਸ ਹੁਕਮ ਰੂਪ ਵਾਹਿਗੁਰੂ ਜੀ ਦੇ ਸਨਮੁੱਖ ਅਰਦਾਸ ਬੇਨਤੀ ਜੋਦੜੀ ਰੂਪ 'ਚ ਕੱਲ੍ਹ ਜਿਹੜਾ ਸ਼ਬਦ ਆਖਰੀ ਵਿਚਾਰਿਆ ਸੀ ਉਸੀ ਤਰ੍ਹਾਂ ਇਹ ਸ਼ਬਦ ਬੇਨਤੀ ਜੋਦੜੀ ਰੂਪ ਹੈ ਸ੍ਰੀ ਰਾਗ ਮਹੱਲਾ ਪੰਜਵਾਂ ਕਿ ਉਸ ਸਾਈਂ ਨੂੰ ਉਸ ਪ੍ਰਭੂ ਨੂੰ ਮਨਾਉਣ ਵਾਸਤੇ ਪੈਰਾਂ ਦੇ ਵਿੱਚ ਡਿੱਗ ਜਾਓ ਪੈ ਪਾਏ ਮਨਾਈ ਸੋਈ ਜੀਓ ਸਤਿਗੁਰ ਪੁਰਖ ਮਿਲਾਇਆ ਉਹ ਜਦ ਪੁਰਖ ਮਿਲ ਜਾਏਗਾ ਤਾਂ ਬੰਦੇ ਨੂੰ ਗਿਆਤ ਹੋਏਗਾ ਤਾਂ ਮਨੁੱਖ ਕਹਾਉਣ ਵਾਲੇ ਨੂੰ ਗਿਆਤ ਹੋਏਗਾ ਤਿਸ ਜੇਵਡ ਅਵਰ ਨਾ ਕੋਈ ਜੀਓ ਇਹ ਹੈ ਰਹਾਉ ਦੀਆਂ ਤੁਕਾਂ ਜੀ ਗੋਸਾਈ ਮਿਹੰਡਾ ਇਠੜਾ ਅੰਮ ਅਬੇ ਥਾਵੋ ਮਿੱਠੜਾ ਭੈਣ ਭਾਈ ਸਭ ਸੱਜਣਾ ਤੁਧ ਜਿਹਾ ਨਾਹੀਂ ਕੋਈ ਜੀਓ ਬੜੇ ਪਿਆਰੇ ਲਫ਼ਜ਼ ਨੇ ਬੜੇ ਹੀ ਪਿਆਰਾ ਸ਼ਬਦ ਹੈ ਪਤਾ ਨਹੀਂ ਕਿੱਥੋਂ ਗੁਰੂ ਅਰਜਨ ਸਾਹਿਬ ਮਹਾਰਾਜ ਧੁਰੋਂ ਹੀ ਇਹ ਲਫ਼ਜ਼ ਕੱਢ ਕੇ ਲਿਆਏ ਨੇ ਸਭ ਤੋਂ ਪੁਰਾਤਨ ਪੰਜਾਬੀ ਦੇ ਲਫ਼ਜ਼ ਤੁਹਾਨੂੰ ਇਸ ਸ਼ਬਦ 'ਚ ਮਿਲਣਗੇ ਗੋਸਾਈਂ ਉਹ ਪ੍ਰਭੂ ਗੋ ਕਹਿੰਦੇ ਧਰਤੀ ਨੂੰ ਸਾਈਂ ਧਰਤੀ ਦਾ ਮਾਲਕ ਮਹਿੰਡਾ ਮੇੜਾ ਮੇਰਾ ਹੋ ਗਿਆ ਹੁਣ ਇੱਠੜਾ ਕਹਿੰਦੇ ਬੜਾ ਪਿਆਰਾ ਕਹਿੰਦੇ ਇੰਨਾ ਪਿਆਰਾ ਕਹਿੰਦੇ ਕੋਈ ਵੀ ਉਹਦੇ ਵਰਗਾ ਨਹੀਂ ਹੈ ਅੰਬ ਅੱਬੇ ਅੰਬ ਕਹਿੰਦੇ ਮਾਂ ਅੱਬੇ ਕਹਿੰਦੇ ਪਿਤਾ ਥਾਵੋਂ ਮਿੱਠੜਾ ਕਹਿੰਦੇ ਉੱਥੋਂ ਵੀ ਬਹੁਤ ਮਿੱਠਾ ਹੈ ਜਦ ਪਿਆਰ ਕਰਨ 'ਤੇ ਆਉਂਦਾ ਭੈਣ ਭਾਈ ਸਭ ਸੱਜਣਾ ਤੁਧ ਜਿਹਾ ਨਾ ਕੋਈ ਜੀਓ ਕੋਈ ਵੀ ਤੇਰੇ ਵਰਗਾ ਨਹੀਂ ਹੈ ਵਾਹਿਗੁਰੂ ਜੀ ਤੇਰੇ ਹੁਕਮੇ ਸਾਵਣ ਆਇਆ ਮੈਂ ਸਤ ਕਾ ਹਲ ਜੋ ਆਇਆ ਨਾਉ ਬੀਜਣ ਲੱਗਾ ਆਸ ਕਰ
ਹਰ ਬੋਹਲ ਬਖਸ਼ ਜਮਾਏ ਜਿਉ। ਜਿਸ ਦਿਨ ਪ੍ਰਭੂ ਦਾ ਨਾਮ ਹੁਕਮ ਹਿਰਦੇ ਚ ਵਸਿਆ ਹੈ ਨਾ, ਅਸਲ ਦੇ ਵਿੱਚ ਸਿੱਖ ਦੀ ਜ਼ਿੰਦਗੀ ਦਾ ਸਾਵਨ ਉਹੀ ਹੈ। ਇਸ ਤੋਂ ਪਹਿਲਾਂ ਦੁਨਿਆਵੀ ਧਰਤੀ ਦੇ ਬਹੁਤ ਸਾਵਣ ਆ ਕੇ ਚਲੇ ਗਏ, ਤੇਰਾ ਹੁਕਮੇ ਸਾਵਣ ਆਇਆ। ਜਿਸ ਦਿਨ ਅੰਦਰ ਪ੍ਰਭੂ ਦਾ ਨਾਮ ਵਸਿਆ, ਸਾਵਣ ਠੰਡ ਪੈ ਗਈ ਅੰਦਰ, ਕੋਈ ਕ੍ਰੋਧ ਨਹੀਂ, ਕੋਈ ਅਹੰਕਾਰ ਨਹੀਂ, ਅੰਦਰੋਂ ਠੰਡਾ ਹੋ ਗਿਆ। ਫਿਰ ਕੀ ਕੀਤਾ? ਹਲ ਵੇਖਿਆ, ਖੇਤੀਬਾੜੀ ਕਰਦੇ ਪੁਰਾਣੇ ਜਿਹੜੇ ਹਲ ਵਾਹੁੰਦੇ ਨੇ, ਉਹ ਹਲ ਬੜਾ ਮਜ਼ਬੂਤ ਹੁੰਦਾ ਲੱਕੜ ਦਾ। ਇਸੀ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਸੱਤ ਕਾ ਹਲ ਜੋ ਆਇਆ, ਅੰਦਰ ਆਚਰਣ ਹਲ ਦੀ ਤਰ੍ਹਾਂ ਮੌਜੂਦ ਮਜ਼ਬੂਤ ਹੋ ਗਿਆ। ਹੁਣ ਅੰਦਰ ਦੇ ਆਚਰਣ ਨੂੰ ਕੋਈ ਹਿਲਾ ਨਹੀਂ ਸਕਦਾ। ਨਾ ਬੀਜਣ ਲਾਗਾ ਆਸ ਕਰ, ਹਰ ਬੋਹਲ ਬਖਸ਼ ਜਮਾਏ ਜੀਓ। ਬੋਹਲ ਬੜਾ ਪੁਰਾਣਾ ਲਫ਼ਜ਼ ਹੈ। ਕਹਿੰਦੇ ਜਿਸ ਵੇਲੇ ਇੱਕ ਦਾਣਾ ਕਿਸਾਨ ਬੀਜਦਾ, ਇੱਕ ਦਾਣੇ ਤੋਂ ਪੁੰਗਰ ਕੇ ਕਈ ਸੌ ਦਾਣੇ ਬਣ ਜਾਂਦੇ ਆ। ਗੁਰੂ ਸਾਹਿਬ ਕਹਿੰਦੇ ਨਾਮ ਬੀਜ ਰੰਚਕ ਮਾਤਰ, ਜੇ ਮਨ ਜੁੜ ਜਾਏ ਨਾ ਇੱਕ ਰੰਚਕ ਮਾਤਰ ਬੀਜ ਜਿੰਨਾ, ਕਹਿੰਦੇ ਨਾਮ ਦੀ ਇੱਕ ਬੂੰਦ ਅੰਦਰ ਆ ਜਾਏ, ਕਹਿੰਦੇ ਅੰਦਰ ਬੋਹਲ ਲੱਗ ਜਾਣਗੇ, ਜਿਵੇਂ ਕਣਕ ਦੇ ਢੇਰ ਲੱਗ ਜਾਂਦੇ ਆ ਨਾ। ਕਹਿੰਦੇ ਨਾਮ ਦਾ ਬਖਸ਼ਿਸ਼ ਦਾ ਬੋਹਲ, ਬਹੁਤ ਨਾਮ ਦਾ ਖਜ਼ਾਨਾ ਇਕੱਠਾ ਹੋ ਜਾਏਗਾ ਜੀ। ਹਾਂ ਗੁਰ ਮਿਲ ਇੱਕ ਪਛਾਣ ਦਾ, ਦੋਇਆ ਕਾ ਗਲ ਚਿਤ ਨਾ ਜਾਣਦਾ, ਹਰ ਇੱਕ ਤੈ ਕਾਰ ਲਾਇਓਨ, ਜਿਉ ਭਾਵੇ ਤਿਵੇਂ ਨਿਭਾਏ ਜਿਉ। ਹੁਣ ਜਦ ਗੁਰੂ ਦੇ ਨਾਲ ਮਿਲਾਪ ਹੋਇਆ, ਹੁਣ ਦੂਜੀ ਤੇ ਗੱਲ ਹੀ ਖਤਮ ਹੋ ਗਈ। ਨਾ ਕੋਈ ਦੂਜੇ ਨੂੰ ਮੈਂ ਪਛਾਣਦਾ, ਨਾ ਕੋਈ ਮੇਰੀ ਪਛਾਣ ਹੈ, ਭਾਵ ਕਿ ਦੁਬਧਾ ਦੇ ਨਾਲ ਦੋਇਆ 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 ਕਹਿੰਦੇ ਕਿ ਦੂਜਾ, ਕਾਗਲ ਕਹਿੰਦੇ ਕਾਗਜ਼। ਹੁਣ ਲੇਖੇ ਜੋਖੇ ਸਭ ਮਿਟਾ ਤੇ ਗੁਰੂ ਨੇ, ਨਾ ਮੌਤ ਦਾ ਲੇਖਾ, ਨਾ ਜਮ੍ਹਾਂ ਦਾ ਲੇਖਾ। ਕਹਿੰਦੇ ਚਿੱਤ ਨਾ ਜਾਣਦਾ, ਹੁਣ ਮੈਨੂੰ ਕੋਈ ਪਰਵਾਹ ਨਹੀਂ ਹੈ। ਹਰ ਇੱਕ ਤੈ, ਇਹਨੂੰ ਪੜ੍ਹਨਾ, ਇੱਕ ਤੈ ਤੱਤੇ ਨੂੰ ਦੁਲਾਵਾਂ ਨੇ, ਇੱਕ ਤੈ ਕਾਰੈ ਲਾਇਓ। ਹੁਣ ਇੱਕੋ ਇੱਕ ਕਾਰ ਹੈ ਜਿਹੜੀ ਪਰਮਾਤਮਾ ਦੀ ਬੰਦਗੀ ਹੈ, ਉਹਦੇ ਵਿੱਚ ਲਾਤਾ। ਹੁਣ ਬੰਦਗੀ 'ਚ ਭਾਵੇਂ ਗੁਰੂ ਦੁੱਖਾਂ ਦੇ ਵਿੱਚ ਰੱਖੇ ਅਤੇ ਭਾਵੇਂ ਸੁੱਖਾਂ 'ਚ ਰੱਖੇ, ਦੇਖੋ ਇਹ ਸੱਚ ਹੈ, ਇਹਨੂੰ ਮੰਨਣਾ ਪਏਗਾ। ਰਾਖ ਪ੍ਰਭੂ ਭਾਵੇਂ ਮਾਰ, ਗੁਰੂ ਸਾਹਿਬ ਕਹਿੰਦੇ ਜਿਉ ਭਾਵੈ ਤਿਵੇਂ ਨਿਭਾਹੀ ਜੀ, ਉਹ ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਨਿਭਾ ਕਰਾਓ ਜੀ। ਤੁਸੀਂ ਭੋਗ ਹੋ ਪੁੰਚੋ ਹੋ ਪਾਈ ਹੋ, ਗੁਰ ਦੀ ਬਾਣ ਕਵਾਏ ਪਹਿਨਾਈਓ, ਹੋ ਹੋਆ ਮਹਰ ਪਿੰਡ ਦਾ, ਬਨ ਆਂਦੇ ਪੰਜ ਸ਼ਰੀਕ ਜੀਓ। ਹੁਣ ਜਿਸ ਵੇਲੇ ਪ੍ਰਭੂ ਦੇ ਨਾਮ ਦੀ ਇੱਕ ਬੂੰਦ ਅੰਦਰ ਵਸ ਗਈ ਨਾ, ਰਸ ਆ ਗਿਆ, ਹੁਣ ਬੰਦਾ ਕੀ ਕਰੇਗਾ? ਹੁਣ ਮਨੁੱਖ ਜੀਵ ਇਸਤਰੀ ਆਪਣੇ ਭਾਈਆਂ ਭਰਾਵਾਂ ਰਿਸ਼ਤੇਦਾਰਾਂ ਸਾਕ ਸੰਬੰਧੀ ਮਿੱਤਰਾਂ ਨੂੰ ਨਾ ਸੱਦੇਗੀ, ਸੱਦ ਕੇ ਕਹੇਗੀ ਜੇ ਮੈਂ ਤਾਂ ਆਨੰਦ ਲੈ ਲਿਆ, ਤੁਸੀਂ ਭੋਗੋ ਹੋ ਪੁੰਚੋ ਪਾਈਓ, ਤੁਸੀਂ ਵੀ ਆ ਕੇ ਵੇਖੋ ਕਿੰਨਾ ਆਨੰਦ ਹੈ ਬਾਣੀ ਦਾ, ਨਾਮ ਦਾ। ਕਹਿੰਦੇ ਫਿਰ ਅੱਗੇ ਗੁਰ ਦਿਬਾਣ ਕਵਾਏ ਪਹਿਨਾਈਓ, ਕਹਿੰਦੇ ਮੈਨੂੰ ਸਰੂਪਾ, ਕਵਾਏ ਕਹਿੰਦੇ ਸਰੂਪਾ, ਕਵਾਏ ਕਹਿੰਦੇ ਪੁਸ਼ਾਕ ਨੂੰ। ਕਹਿੰਦੇ ਗੁਰੂ ਨੇ ਪ੍ਰੇਮ ਪਟੋਲੇ ਦੀ ਪੁਸ਼ਾਕ ਮੈਨੂੰ ਦੇਤੀ ਹੈ, ਹੁਣ ਮੈਨੂੰ ਇੱਕ ਬਹੁਤ ਵੱਡੀ ਬਖਸ਼ਿਸ਼ ਦੇਤੀ ਹੈ। ਹੋ ਹੋਆ ਮਾਹਰ ਪਿੰਡ ਦਾ, ਮਾਹਰ ਕਹਿੰਦੇ ਚੌਧਰੀ, ਪਿੰਡ ਦੇ ਸਰੀਰ। ਕਹਿੰਦੇ ਮੈਂ ਹੁਣ ਇਸ ਸਰੀਰ ਦਾ ਚੌਧਰੀ ਹੋ ਗਿਆ। ਕਹਿੰਦੇ ਪਹਿਲਾਂ ਮੈਂ ਇਸ ਸਰੀਰ ਦਾ ਗੁਲਾਮ ਸੀ, ਹੁਣ ਗੁਰੂ ਨੇ ਸਿਰੋਂ ਪਾਓ ਦਿੱਤਾ, ਥਾਪੀ ਦਿੱਤੀ ਸਿਰ ਤੋਂ ਪਾਓ ਤੱਕ। ਸਿਰੋਂ ਪਾਓ ਦਾ ਮਤਲਬ ਹੈ ਸਿਰ ਤੋਂ ਪੈਰ ਤੱਕ ਬਖਸ਼ਿਸ਼ਾਂ ਦਿੱਤੀਆਂ, ਮੈਂ ਇਸ ਸਰੀਰ ਪਿੰਡ ਦਾ ਚੌਧਰੀ ਹੋ ਗਿਆ। ਬਨ ਆਧੇ ਪੰਜ ਸਰੀਕ ਜੀਓ, ਸਰੀਕ ਜਿਹੜੇ ਲਫ਼ਜ਼ ਨੇ ਇਹਨੂੰ, ਇਹ ਦੁਸ਼ਮਣ ਨਹੀਂ ਹੁੰਦੇ, ਸਰੀਕ ਹੁੰਦੇ ਵਧੀਕੀ ਕਰਨ ਵਾਲੇ, ਉਹਨਾਂ ਨੂੰ ਦੁਸ਼ਮਣ ਨਹੀਂ ਕਹਿ ਸਕਦੇ ਆਪਾਂ, ਜਿਹੜੇ ਸਾਡੇ ਤੋਂ ਵਧੀਕੀ ਕਰਦੇ ਆ, ਸਾਡੇ ਸਰੀਕ ਸਾਡੇ ਤੋਂ ਥੋੜ੍ਹੇ ਜਿਹੇ ਔਖੇ ਹੁੰਦੇ ਆ। ਕਹਿੰਦੇ ਜਿਹੜੇ ਪੰਜ ਅੰਦਰ ਕਾਮ ਦੀ ਇੱਕ ਵੈਰੀ ਸੀ, ਕਹਿੰਦੇ ਉਹ ਹੁਣ ਬੰਨ ਲਏ ਨੇ ਮੈਂ ਜੀ। ਹੋ ਆਇਆ ਸਾਮੇ ਤਿਹੰਡੀਆ, ਪੰਜ ਕਿਰਸਾਨ ਮੁਜੇਰੇ ਮਹਿਡਿਆ, ਕੰਨ ਕੋਈ ਕੱਢ ਨਾ ਗਈ, ਨਾਨਕ ਬੁੱਠਾ ਕੁੱਗ ਗਿਰਾਉ ਜੀਓ। ਬੜੇ ਧਿਆਨ ਨਾਲ ਇੱਕ ਇੱਕ ਅੱਖਰ ਨੂੰ ਵੇਖੋ ਸਾਧ ਸੰਗਤ ਜੀ, ਇੱਕ ਇੱਕ ਅੱਖਰ ਨੂੰ ਸੁਣੋ, ਨਾਲ ਨਾਲ ਉਵੇਂ ਉਚਾਰੋ। ਗੁਰੂ ਸਾਹਿਬ ਕਹਿੰਦੇ ਕਿ ਇਹ ਦੇਖੋ ਕਿੰਨੇ, ਹਉ ਆਇਆ ਸਾਮੈ ਤੇ ਹੰਡੀਆ, ਤੇ ਹੰਡੀਆ ਕਹਿੰਦੇ ਤੁਹਾਡੀ, ਸਾਮੈ ਕਹਿੰਦੀ ਸ਼ਰਨ, ਹੁਣ ਮੈਂ ਤੁਹਾਡੀ ਸ਼ਰਨ 'ਚ ਆਇਆ। ਪੰਜ ਕਿਰਸਾਨ ਮੁਜੇਰੇ ਮਹਿੰਡੀਆ, ਮੁਜੇਰੇ ਕਹਿੰਦੇ ਕਾਬੂ ਕਰ ਲੈਣਾ, ਪੰਜ ਜਿਹੜੀਆਂ ਗਿਆਨ ਇੰਦਰੀਆਂ ਹੈਗੀਆਂ ਉਹਨਾਂ ਨੂੰ ਹੁਣ ਮੈਂ ਕਾਬੂ ਕਰ ਲਿਆ, ਜਿੰਨੇ ਵੀ ਸੈਂਸਿਸ ਹੈਗੇ ਸਰੀਰ ਦੇ ਮੈਂ ਕਾਬੂ ਕਰ ਲਏ। ਕਹਿੰਦੇ ਕੰਨ ਕੋਈ ਨਾ ਕੱਢ ਹੰਗ ਹੀ, ਕੰਨ
ਕੰਨ ਦੇ ਨਾਲ ਹੁੰਦਾ ਮੋਢਾ, ਜਿੱਥੇ ਬਾਣੀ ਚ ਕੰਨ ਆਇਆ ਉਹਦਾ ਸਿੱਧਾ ਅਰਥ ਹੈ 90% ਮੋਢਾ। ਕਹਿੰਦੇ ਹੁਣ ਇਹ ਜਿਹੜੇ ਪੰਜ ਅੰਦਰ ਕਾਮ ਦੇ ਕਵੈਰੇ ਮੌਕਮ ਫੌਜ ਹਟਲੀ ਹੈ ਨਾ, ਇਹ ਹੁਣ ਮੋਢਾ ਨਹੀਂ ਮਾਰ ਸਕਦਾ, ਐਂ ਇਹਨੂੰ ਕਹਿੰਦੇ ਕੰਨ ਕਿ ਵਧੀਕੀ ਨਹੀਂ ਕਰ ਸਕਦਾ ਹੁਣ, ਇੰਨੇ ਕੁ ਐਨ ਨਾ ਕਿਸੇ ਵਿਕਾਰੀ ਬਿਰਤੀ ਨੂੰ ਵੇਖ ਕੇ ਸੁਣ ਕੇ ਕਾਮਦਿਕ ਵਿਕਾਰ ਅੰਦਰ ਪੈਦਾ ਹੁੰਦੇ ਹੈ, ਨਾ ਕਿਸੇ ਦੀ ਨਿੰਦਾ ਸੁਣ ਕੇ ਅੰਦਰ ਤਲਖੀ ਪੈਦਾ ਹੁੰਦੀ ਹੈ। ਕਹਿੰਦੇ ਹੁਣ ਕੋਈ ਵੀ ਅੰਦਰੋਂ ਕੰਨ ਕੋਈ ਨਾ ਕੱਢ ਹੰਗ ਹੀ, ਕਹਿੰਦੇ ਕੋਈ ਨਹੀਂ ਹਿੱਲ ਸਕਦਾ, ਨਾਨਕ ਵੁੱਠਾ ਘੁੱਗ, ਇਹ ਪੁਰਾਣਾ ਬੜਾ ਲਫ਼ਜ਼ ਹੈ, ਘੁੱਗ ਕਹਿੰਦੇ ਵੱਸੋਂ ਬੜੀ ਸਾਰੀ। ਕਹਿੰਦੇ ਹੁਣ ਗੁਣ ਇੰਨੇ ਵੱਸ ਗਏ ਨੇ ਇਸ ਸਰੀਰ ਦੇ ਗ੍ਰਾਂ ਦੇ ਅੰਦਰ, ਪਿੰਡ ਗ੍ਰਾਂ ਕਹਿੰਦੇ ਪਿੰਡ ਨੂੰ, ਕਹਿੰਦੇ ਘੁੱਗ ਗ੍ਰਾਂ ਜੀ, ਉਹ ਕਹਿੰਦੇ ਇੰਨੇ ਹੁਣ ਗੁਣ ਵੱਸ ਗਏ ਨੇ ਕਿ ਜਿਹੜੇ ਇਹ ਕਾਮ ਦੇ ਕਵੈਰੀ ਨੇ, ਜਿਹੜੇ ਇਹ ਬਦਮਾਸ਼ ਨੇ, ਇਹ ਦੁਸ਼ਮਣ ਨੇ, ਕਹਿੰਦੇ ਠੰਡੇ ਹੋ ਕੇ ਬਹਿ ਗਏ ਨੇ ਜੀ। ਹਉ ਵਾਰੀ ਕੁੰਮਾ ਜਾਵਦਾ ਇੱਕ ਸਾਹ ਤੁਧ ਤੇ ਆਏਂਦਾ, ਉੱਜੜ ਥੇ ਵਸਾਇਓ ਹਉ ਤੁਧ ਵਿਟੋ ਕੁਰਬਾਨ ਜੀਓ। ਵਾਹ ਵਾਹ, ਹੁਣ ਕੁਰਬਾਨ ਜਾਓ ਉਸ ਪ੍ਰਭੂ ਤੋਂ, ਸਾਰੇ ਵਿਕਾਰ ਹੁਣ ਬਿਲਕੁਲ ਠੰਡੇ ਹੋ ਗਏ ਨੇ, ਐਨ ਕਾਬੂ ਆ ਗਏ ਨੇ, ਕੋਈ ਮੋਢਾ ਨਹੀਂ ਮਾਰ ਸਕਦਾ ਅੰਦਰ ਵਿਕਾਰ। ਗੁਰੂ ਸਾਹਿਬ ਕਹਿੰਦੇ ਹਉ ਵਾਰੀ ਘੁੰਮਾਂ ਜਾਵਦਾ ਉਸ ਤੋਂ ਬਲਹਾਰ ਜਾਈਏ, ਇੱਕ ਸ਼ਾਹ, ਇਹ ਹੈ ਸ਼ਾਹਾਂ ਦਾ ਸ਼ਾਨ ਸ਼ਾਹ। ਕਹਿੰਦੇ ਹੁਣ ਸ਼ਾਹਾਂ ਦੇ ਸ਼ਹਿਨ ਸ਼ਾਹ ਨੂੰ ਵੀ ਮੈਂ ਧਿਆਉਂਦਾ, ਹੋਰ ਕੋਈ ਦੂਜਾ ਨਹੀਂ ਹੈ। ਉੱਜੜ ਥੇ ਵਸਾਇਓ, ਅੰਦਰ ਜਿਹੜਾ ਪਿੰਡ ਉੱਜੜ ਗਿਆ ਸੀ ਨਾ ਪਹਿਲਾਂ, ਥੇ ਕਹਿੰਦੇ ਢੇਰੀ ਲੱਗ ਜਾਣੀ, ਕਹਿੰਦੇ ਅੰਦਰ ਦੁੱਖਾਂ ਦੇ ਕਰਕੇ ਕਲੇਸ਼ਾਂ ਦੇ ਕਰਕੇ ਢੇਰੀ ਲੱਗ ਗਈ ਸੀ, ਅੰਦਰ ਉੱਜੜਿਆ ਪਿਆ ਸੀ, ਖਿਲ ਰਿਹਾ ਪਿਆ ਸੀ। ਕਹਿੰਦੇ ਉਹ ਵਸਾਇਓ, ਗੁਰੂ ਨੇ ਵਸਾ ਦਿੱਤਾ, ਹੁਣ ਅੰਦਰ ਐਨ ਨਿਰੋਆ ਹੋ ਗਿਆ, ਮਨ ਵੀ, ਸਰੀਰ ਵੀ, ਤਨ ਵੀ, ਹਿਰਦਾ ਵੀ। ਤੁਧ ਵਿਟੋ ਕੁਰਬਾਨ ਜੀ, ਹੁਣ ਤੇਰੇ ਤੋਂ ਕੁਰਬਾਨ ਜਾਂਦੇ ਹਾਂ ਜੀ। ਹਰ ਇੱਠੇ ਨਿਤ ਧਿਆਏਂਦਾ, ਮਨ ਚਿੰਦੀ ਸੋ ਫਲ ਪਾਏਂਦਾ, ਸਭੇ ਕਾਜ ਸਵਾਰਿਆਨ ਲਾਹੀਆਨ ਮਨ ਕੀ ਭੁੱਖ ਜੀਓ। ਅਜੇ ਵੀ ਲੈਂਦੇ ਪੰਜਾਬ 'ਚ ਇਹ ਲਫ਼ਜ਼ ਵਰਤੇ ਜਾਂਦੇ ਮੁਲਤਾਨ 'ਚ, ਇੱਠਾ ਕਹਿੰਦੇ ਪਿਆਰਾ, ਇੱਠੜਾ, ਹਰ ਇੱਠਾ ਇੱਕ ਪਿਆਰੇ ਨੂੰ ਨਿਤ, ਨਿਤਾ ਪ੍ਰਤੀ ਮੈਂ ਧਿਆਉਂਦਾ ਹੁਣ, ਪਿਆਰੇ ਨਾਲ ਇੰਨੀ ਸਾਂਝ ਬਣ ਗਈ ਹੈ ਕਿ ਪਤਾ ਲੱਗ ਗਿਆ ਕਿ ਅੰਮੋ ਅੱਬ ਹੈ, ਮਾਂ ਪਿਓ ਤੋਂ ਵੀ ਉਹ ਬਹੁਤ ਮਿੱਠੜਾ ਹੈ। ਕਹਿੰਦੇ ਉਸ ਪਿਆਰੇ ਨੂੰ ਮੈਂ ਧਿਆਉਂਦਾ ਅਤੇ ਫਿਰ ਕੀ ਹੁੰਦਾ, ਕਹਿੰਦੇ ਮਨ ਦੇ ਜਿਹੜੇ ਫੁਰਨੇ ਹੁੰਦੇ ਆ, ਕਹਿੰਦੇ ਉਹ ਝੱਟ ਹੀ ਪੂਰੇ ਹੋ ਜਾਂਦੇ, ਫਲ ਨਾਲ ਦੇ ਨਾਲ ਮਿਲ ਜਾਂਦਾ। ਸਭ ਕਾਜ ਸਵਾਰਨ ਸਵਾਰੀਆਂ, ਸਾਰੇ ਕਾਜ ਸਵਾਰਤੇ, ਲਾਇਨ ਮਨ ਕੀ ਭੁੱਖ। ਦੇਖੋ ਮਨ ਦੀ ਇਹ ਭੁੱਖ ਇਸ ਤਰ੍ਹਾਂ, ਕਈ ਇਸ ਤਰ੍ਹਾਂ ਦੇ ਮਨੁੱਖ ਹੁੰਦੇ ਜਿਨ੍ਹਾਂ ਦੀ ਅੱਖਾਂ ਵਿੱਚੋਂ ਹੀ ਭੁੱਖ ਦਿਸਦੀ ਹੈ, ਬਈ ਇਹਦੀ ਅੱਖਾਂ 'ਚ ਹੀ ਤ੍ਰਿਸ਼ਨਾ ਹੈ। ਕਈਆਂ ਦੇ ਬੋਲਾਂ ਦੇ ਵਿੱਚ ਭੁੱਖ ਹੁੰਦੀ ਹੈ, ਕਈਆਂ ਦੇ ਕਾਰਕ ਵਿਹਾਰ 'ਚ। ਇਹ ਮਨ ਦੀ ਭੁੱਖ ਇਹੋ ਜਿਹੀ ਹੈ ਕਿ ਅੱਖਾਂ 'ਚ ਵੇਖਣ 'ਚ ਵੀ ਬੜੀ ਤ੍ਰਿਪਤੀ ਆ ਗਈ ਹੈ, ਅੱਖਾਂ 'ਚ ਵੀ ਸਕੂਨ ਹੈ, ਸਬਰ ਹੈ, ਬੋਲਾਂ 'ਚ ਵੀ। ਇਹ ਹੈ ਮਨ ਦੀ ਸਾਰੀ ਭੁੱਖ ਮਿਟਾਤੀ ਗੁਰੂ ਨੇ। ਮੈਂ ਛੱਡਿਆ ਸਭੋ ਧੰਦੜਾ, ਗੋਸਾਈ ਸੇਵੀ ਸੱਚੜਾ, ਨੌ ਨਿਧ ਨਾਮ ਨਿਦਾਨ ਹਰ, ਮੈਂ ਪੱਲੇ ਬੱਧਾ ਛਿਕ ਜੀਓ। ਮੈਂ ਹੁਣ ਸਾਰੇ ਧੰਦੇ ਛੱਡਦੇ ਆ ਜੀ, ਜਿਹੜੇ ਕੂੜ ਦੇ ਥੰਦੇ ਸੀ, ਭਾਵੇਂ ਉਹ ਨਿੰਦਾ ਹੈ, ਭਾਵੇਂ ਝੂਠ ਹੈ, ਭਾਵੇਂ ਵਿਕਾਰ ਹੈ, ਹੁਣ ਕੀ ਕਰਦਾ ਮੈਂ? ਗੋਸਾਈ ਗੁਰੂ ਜਿਹੜਾ ਇੱਕ ਹੈ ਪ੍ਰਭੂ, ਉਹਨੂੰ ਧਿਆਉਂਦਾ ਸੱਚੇ ਨੂੰ। ਨੌ ਨਿਧ ਨਾਮ ਨਿਦਾਨ ਹਰ, ਉਹ ਖਜ਼ਾਨਾ ਹੁਣ ਮੈਨੂੰ ਮਿਲ ਗਿਆ, ਮੈਂ ਉਸ ਖਜ਼ਾਨੇ ਨਾਲ ਕੀ ਕੀਤਾ? ਮੈਂ ਪੱਲੇ ਬੱਧਾ, ਪੱਲਾ ਲੈ ਕੇ ਨਾ ਉਹਨੂੰ ਗੰਢ ਮਾਰਤੀ ਹੈ, ਛਿੱਕ ਛਿੱਕ ਕਹਿੰਦੇ ਖਿੱਚ ਕੇ, ਇਹੋ ਜਿਹੀ ਗੰਢ ਮਾਰਦੀ ਹੈ ਕਿ ਹੁਣ ਕੋਈ ਆ ਕੇ ਇਸ ਗੰਢ ਨੂੰ ਮੇਰੇ ਤੇ ਪ੍ਰਭੂ ਦੇ ਪਿਆਰ ਦੀ ਖੋਲ ਨਹੀਂ ਸਕਦਾ ਜੀ। ਮੈਂ ਸੁਖੀ ਹੂੰ ਸੁਖ ਪਾਇਆ, ਗੁਰ ਅੰਤਰ ਸ਼ਬਦ ਵਸਾਇਆ, ਸਤਿਗੁਰ ਪੁਰਖ ਵਿਖਾਲਿਆ, ਮਸਤਕ ਧਰ ਕੇ ਹੱਥ ਜੀਓ। ਬਾਹਰ ਦਾ ਸੁਖ ਨਹੀਂ, ਦੁਨਿਆਵੀ ਸੁਖ ਨਹੀਂ, ਮੋਮੈਂਟਰੀ ਪਲੇਜਰਸ ਵਾਲਾ ਸੁਖ ਨਹੀਂ, ਹੈਪੀਨੈਸ ਨਹੀਂ। ਸੁਖੀ ਹੂੰ ਸੁਖ, ਸੁੱਖਾਂ ਤੋਂ ਵੀ ਵੱਡਾ ਸੁਖ ਹੈ ਜਿਹੜਾ ਅੰਦਰ ਦਾ, ਜਿਸ ਸੁੱਖ ਦੀ ਪ੍ਰਾਪਤੀ ਤੋਂ ਬਾਅਦ ਫਿਰ ਦੁੱਖ ਨਹੀਂ ਪਾਉਂਦਾ, ਉਹ ਸੁੱਖ ਮੈਨੂੰ ਮਿਲ ਗਿਆ ਹੁਣ। ਜਿਹੜਾ ਹੁਣ ਗੁਰੂ ਹੈ, ਗੁਰ ਅੰਤਰ ਸ਼ਬਦ ਵਸਾਇਆ, ਸ਼ਬਦ ਰੂਪ ਗੁਰੂ ਮੇਰੇ ਅੰਦਰ ਰੋਮ ਰੋਮ 'ਚ ਵੱਸ ਗਿਆ, ਹੁਣ ਸਤਿਗੁਰੂ ਨੇ, ਸੱਚੇ ਪ੍ਰਭੂ ਨੇ ਮੈਨੂੰ ਆਪਣਾ ਆਪ ਦਿਖਾ ਦਿੱਤਾ। ਸਤਿਗੁਰ ਪੁਰਖ ਵਿਖਾ ਲਿਆ, ਕਿਵੇਂ ਵਿਖਾ ਲਿਆ? ਮਸਤਕ ਧਰ ਕੇ
हाथ जीव मेरे मस्तक सिर दे उत्ते प्रभु ने हाथ धर के इस सृष्टि दा खेड दिखाता जी। मैं बद्धी सच धर्म साल है गुर सिखा लेंदा पाल कैं पैर तोवा पखा फेरदा तिस निम निम लगा पाए जियो। जिन्हें भी तुसी यंगस्टर्स बैठे हो ना, इवन आई फील माई सेल्फ फॉर्चुनेट टूडे क्योंकि ये शब्द विचारण का मैनू मौका मिल रहा आप संगतां दे नाल। जेड़े बुजुर्ग बैठे ने साडे बहुत ही सत्कारयोग ने, उन्होंने पंजाबी दे लफ्ज सुने हुए ने, साडे बच्चियां ने नहीं सुने, उन्होंने रूबरू हो रहे ने अज ये पुरानी लहिंदी पंजाबी दे जेड़े साडी मूल पंजाबी सी। मैं पला बन लिया कि मेरी जिहड़ी संगत है ना वह धर्मसाल ही है, हुण संगत दे विच आउणा मेरा पक्का नेम हो गया। हुण मैं की करदा, जब मैं संगत च आई आया बैठा मैं आनंद लिया संगत च, हुण मैं बाहर भी जाऊंदा ना तो उत्थे भी संगत दीआं गल्लां करदा, गुरसिख लहदा भाल कै। हुण कोई प्यारा मिलदा ना मेरे वर्गे सफर ते, कोई गुण गाहक मिलदा, कोई हमसाया हमसाज हम ख्याली मिलदा, मैं उन्हूं फड़ के लियाउंदा भाई तू भी आके आनंद लै बाणी दा, तू भी आके सिमरन दा आनंद लै। गुरु अर्जन साहब कहिंदे फिर ये गुरसिख दा नेम हो जांदा है, गुरसिख लहदा भाल कै, भाल के उह संगत दे विच लै के आउंदा है। जिस तरह अज दे समें दे विच आपां आओ भगत करदे हां एक दूसरे दी प्यारियां दी, पुराने समें च ये हुंदी सी पैर धोवां पखा फेरदा तिस निव निव लगा पाए जियो। इसी तरह मैं सत्कार करदा हां जियो दा। सुन गल्लां गुर पह आया नाम दान इशनान दिड़ाया सब मुक्त हुआ संसारड़ा नानक सच्ची बेड़ी चाड़ जियो। गुरु दी गल सुन के मैं आया गुरु दी शरण चे, ये नाम दान ते इशनान जेड़ा मानदा है वह दृढ़ाउणा शुरू करता है। की होया फिर कहिंदे सब मुकत हुआ सहसारड़ा, सारा संसार अड़ाड़ा लफ्ज जिथे तुहानू बाणी च लफ्ज तो बाद मिलेगा, इहदा मतलब ये समझो कि गुरु अर्जन साहब जां कोई भी गुरु साहब बड़े त्रुट के लिख रहे हैं लफ्ज। जद प्यार दे विच प्याला लभो लभ हुंदा है ना बाणी दे विच, उत्थे अड़ाड़ा लफ्ज वरत्या गया। मित्र सज्जन जिहड़ा आया लफ्ज आया या सज्जन आया, सज्जन नूं सज्जनड़ा कहना ये बड़ा प्यार है, ये शिखर है प्यार दा। इसी तरह ये संसारड़ा ये बड़ा प्यारा संसार गुरु ने बनाया सी, विकारां दे विच असीं भुल गए अपने जिंदगी दे एम नूं। गुरु साहब कहिंदे ये सारा संसार हुण नाम दे चरणी लग के उस संगत दी बेड़ी ते सवार हो गया जी। सब सृष्ट सेवे दिन रात जियो दे कन सुनो अरदास जियो, ठोक वजाए सब डिठियां तुस आपे लयन छड़ाए जियो। संगत दा सच ही यही है, जेड़ा संगत च आके एक बारी बह जांदा है फिर उन्हों लगता कि सारी सृष्टि हुण तैयारी है उन्हों, क्योंकि ये होंदे है जिहो जा चेतदा बंदा उहो जा बनना शुरू हो जाता है। गुरु अर्जन साहब महाराज कहिंदे कि सारी सृष्टि दिन रात उन्हों तैयारी है, सिर्फ मनुख नहीं सारे जी, सारे जी सारे जीव जन सब सृष्टि सेवे दिन रात जियो। तो फिर हुण प्रभु की करदा है, प्रभु हुण करदा है यख अर्ज गुफ्तम पेश तो दरगोस कुन करतार, कन्न अगे लियाउंदा है अपने सिख दे कन्न सुने अरदास सुनो अरदास जियो। हुण गुरु अपने सिख दी अरदास कन्न ला के सुनदा है, ठोक वजाई सब डिठियां सारी थां ते परख के वेख लिया तुस आपे लयन छड़ाए जो, एक सच्चे गुरु तो बिना कोई भी नहीं छड़ा सकदा जी। हुण हुकम होआ मेहरबान दा पै कोई ना किसे रियान दा, सब सुखाली बुठियां ए हुआ हले मी राज जियो। कहिंदे कि ए राज कायम कीता गुरु ने, बड़ा वड्डा राज है हलेमी राज कायम करना इस धरती दे उत्ते, ए गुरु नानक साहब जी दी बख्शिश है इस धरती ते इहो जिहा राज नहीं कदी कायम होया। गुरु साहब कहिंदे हुण हुक्म हुआ
ਮਿਹਰਬਾਨ ਦਾ, ਸੱਚੇ ਪ੍ਰਭੂ ਦਾ ਹੁਕਮ ਹੋ ਗਿਆ ਪੈ ਕੋਈ ਨਾ ਕਿਸੇ ਰਹਿਮਾਨ ਦਾ। ਜਿਹੜਾ ਸਾਡੇ ਉਸਤਾਦ ਜੀ ਨੇ ਲਫ਼ਜ਼ ਪੜ੍ਹਿਆ, ਮੈਂ ਤਾਂ ਭਾਈ ਸਾਹਿਬ ਉਸਤਾਦ ਜੀ ਜੋ ਵੀ ਕਹੀਏ, ਕਿਉਂਕਿ ਬਾਣੀ ਨੂੰ ਸਾਡੇ ਉਸਤਾਦ ਹੀ ਨੇ, ਅਸੀਂ ਬਾਣੀ ਪਿੱਛੇ ਪਿੱਛੇ ਪੜ੍ਹ ਰਹੇ ਹਾਂ। ਇਹਨੂੰ ਨਿਆਂ ਲਫ਼ਜ਼ ਪੜ੍ਹਨਾ, ਮੇਰੇ ਪਿੱਛੇ ਸਾਰੇ ਪੜ੍ਹੋ, ਨਿਆਂ ਨਿਆਂ ਨਹੀਂ ਨਿਆਂ ਵਿਦ ਨੇਜ਼ਲ ਸਾਊਂਡ। ਦੇਖੋ ਇਹ ਲਫ਼ਜ਼ ਗੁਆਚ ਗਏ ਨੇ, ਨਿਆਂ ਗੁਆਚ ਗਿਆ, ਨਿਆਂ ਗੁਆਚ ਗਿਆ, ਇਹ ਇਹ ਇਹਦੇ ਨਾਲ ਹੀ ਪੜ੍ਹਨਾ, ਕਿਉਂਕਿ ਇਹ ਧੁਰ ਨਾਭੀ ਤੱਕ ਜਾਂਦਾ ਲਫ਼ਜ਼ ਰਮਾਣ ਦਾ। ਇਹਦੇ ਨਾਲ ਬੜਾ ਪ੍ਰੀਤ ਪੈਂਦੀ ਹੈ ਗੁਰੂ ਦੇ ਨਾਲ, ਇੱਕ ਇੱਕ ਲਫ਼ਜ਼ ਦੇ ਵਿੱਚ। ਹੁਣ ਮੇਰੇ ਪਿੱਛੇ ਕੋਈ ਵੀ ਵਿਕਾਰੀ ਬਿਰਤੀ ਜਾਂ ਵਿਕਾਰੀ ਫੁਰਨਾ ਨਹੀਂ ਆ ਸਕਦਾ, ਮੈਨੂੰ ਕੋਈ ਤੰਗ ਨਹੀਂ ਕਰ ਸਕਦਾ, ਸਭ ਸੁਖਾਲੀ ਉੱਠੀਆਂ ਜਿਹੜੇ ਨਾਮ ਜਪਣ ਲੱਗ ਗਏ ਨੇ। ਸਾਰੀ ਦੁਨੀਆ ਹੁਣ ਜਿਹੜੇ ਜਪਦੀ ਹੈ ਉਹ ਉੱਠ ਗਈ, ਸਭ ਤਰ ਗਈ ਹੈ, ਸਭ ਸੁੱਖ ਹੋ ਗਈ ਹੈ। ਕਹਿੰਦੇ ਇਹੋ ਜਿਹਾ ਸੰਗਤ ਦੇ ਵਿੱਚ ਹਲੇਮੀ ਰਾਜ ਗੁਰੂ ਨੇ ਕਾਇਮ ਕੀਤਾ। ਸੰਗਤ ਤੋਂ ਜਾ ਕੇ ਵੀ ਗੁਰੂ ਕਾ ਸਿੱਖ ਜਿੱਥੇ ਜਿੱਥੇ ਨਾਮ ਬੰਦਗੀ ਵਾਲੇ ਰਹਿੰਦੇ ਹੈ, ਕਹਿੰਦੇ ਉਹ ਹਲੇਮੀ ਰਾਜ ਕਾਇਮ ਕਰਦੇ ਆ, ਬੜੇ ਸਬਰ ਸੰਤੋਖ ਤੇ ਧੀਰਜ ਵਿੱਚ ਰਹਿੰਦੇ ਹੈ ਜੀ। ਚਿਮ ਚਿਮ ਅੰਮ੍ਰਿਤ ਵਰਸਦਾ, ਬੋਲਾਇਆ ਬੋਲੀ ਖਸਮ ਦਾ, ਬਹੁਮਾਨ ਕੀਆ ਤੁਧੇ ਉਪਰੇ, ਤੂੰ ਆਪੇ ਪਾਹੇ ਥਾਏ ਜਿਉ। ਅੰਦਰ ਬਾਣੀ ਦਾ, ਨਾਮ ਦਾ, ਵਾਹਿਗੁਰੂ ਦੇ ਸਿਮਰਨ ਦਾ ਚਿਮ ਚਿਮ ਅੰਮ੍ਰਿਤ ਵਸਦਾ ਹੈ, ਮੀਂਹ ਪੈਂਦਾ ਹੈ ਅੰਮ੍ਰਿਤ ਦਾ, ਇੱਕ ਦੋ ਬੂੰਦਾਂ ਨਹੀਂ, ਹੁਣ ਇੰਨੀ ਬਖਸ਼ਿਸ਼ ਹੋ ਗਈ ਹੈ ਕਿ ਮੌਲਾ ਧਾਰਮੀ ਚਿਮ ਚਿਮ ਇੰਨਾ ਮੀਂਹ ਵਸਦਾ, ਕਿਉਂਕਿ ਸਾਰੇ ਵਿਕਾਰ ਧੋਤੇ ਹੈ। ਹੁਣ ਹੁੰਦਾ ਕੀ ਹੈ, ਬੁਲਾਇਆ ਬੋਲੀ ਖਸਮ ਦਾ, ਹੁਣ ਬੋਲਦਾ ਕੌਣ ਹੈ, ਖਸਮ ਹੀ ਬੋਲਦਾ, ਅਤੇ ਕੀ ਬੋਲਦਾ, ਖਸਮ ਦੇ ਗੀਤ ਹੀ ਗਾਉਂਦਾ ਮਨੁੱਖ। ਹੁਣ ਸਿਰਫ ਵਾਹਿਗੁਰੂ ਦਾ ਸਿਮਰਨ ਹੈ, ਗੁਰੂ ਦਾ ਚੇਤਾ ਹੈ, ਬਹੁ ਮਾਨ ਕੀਆ ਤੁਧ ਉਪਰੇ, ਤੂੰ ਆਪੇ ਪਾਈਆਂ ਹੈ ਥਾਏ ਜੀਓ। ਹੁਣ ਪ੍ਰਭੂ ਤੇਰੇ ਉੱਤੇ ਇੱਕ ਮਾਣ ਹੈ, ਤੂੰ ਹੀ ਬਖਸ਼ਿਸ਼ ਕਰਕੇ ਇਸ ਹਿਰਦੇ 'ਚ ਵਸਿਆ, ਅਤੇ ਤੂੰ ਹੀ ਹਰ ਥਾਂ 'ਤੇ ਮੈਨੂੰ ਟਿਕਾਉਣਾ, ਮੇਰੀ ਪੱਤ ਰੱਖਣੀ ਹੈ ਜੀ। ਤੇਰੀਆਂ ਭਗਤਾਂ ਭੁੱਖ ਸਦ ਤੇਰੀਆਂ, ਹਰ ਲੋਚਾਂ ਪੂਰਨ ਮੇਰੀਆਂ, ਦੇਹੋਂ ਦਰਸ ਸੁਖ ਦਾਤਿਆ, ਮੈਂ ਗੱਲ ਵਿੱਚ ਲੈ ਹੋ ਮਿਲਾਏ ਜਿਉ। ਹੁਣ ਤੇਰਿਆਂ ਭਗਤਾਂ ਨੂੰ ਤੇਰੀ ਹੀ ਸਦਾ ਭੁੱਖ ਰਹਿੰਦੀ ਹੈ ਭਾਈ, ਕੋਈ ਇਹੋ ਜਿਹਾ ਮਿਲ ਪਏ ਸੱਜਣ ਜਿਹੜਾ ਗੁਰੂ ਦੇ ਸੱਚੇ ਮਾਰਗ 'ਤੇ ਤੋਰਦੇ। ਹੁਣ ਅੰਦਰ ਭੁੱਖ ਇਹੋ ਜਿਹੀ ਹੈ, ਨਸ ਵੰਜੋ ਕਿਲ ਵਿਖੋ ਕਰਤਾ, ਉਹ ਸਾਰੇ ਵਿਕਾਰ ਹੁਣ ਭੱਜੋ ਭਾਈ, ਹੁਣ ਤੁਹਾਡੀ ਲੋੜ ਨਹੀਂ ਰਹੀ, ਹੁਣ ਸਾਰੇ ਫੁਰਨੇ ਭੱਜੋ, ਹੁਣ ਨਸ ਵੰਜੋ ਕਿਲ ਵਿਖ ਸਭ ਖਤਮ ਹੋ ਗਏ, ਕਿਉਂਕਿ ਹੁਣ ਅੰਦਰ ਉਸ ਪ੍ਰਭੂ ਨੂੰ ਮਿਲਣ ਦੀ ਭੁੱਖ ਹੈ। ਹਰ ਲੋਚਾ ਪੂਰਨ, ਸਾਰੇ ਅੰਦਰ ਦੇ ਜਿੰਨੇ ਫੁਰਨੇ ਸੀ ਲੋਚਦਾ ਸੀ ਉਹ ਪੂਰੀਆਂ ਹੋ ਗਈਆਂ। ਹੁਣ ਇੱਕੋ ਕਿਰਪਾ ਕਰੋ, ਦੇਹੋ ਦਰਸ ਸੁਖ ਦਾਤਿਆ, ਮੈਂ ਗੱਲ ਵਿੱਚ ਲਿਹੋ, ਆਪਣੀ ਗੱਲ ਲਾ ਲਓ ਮੈਨੂੰ ਜੀ। ਤੁਧ ਜੇ ਵਡੇ ਅਵਰ ਨਾ ਪਾਲਿਆ, ਤੂੰ ਦੀਪ ਲੋ ਪੈ ਆਲਿਆ, ਤੂੰ ਥਾਨ ਥਨੰਤਰ ਰਵ ਰਿਆ, ਨਾਨਕ ਭਗਤਾਂ ਸੱਚ ਆਧਾਰ ਜਿਉ। ਤੇਰੇ ਵਰਗਾ ਹੋਰ ਕੋਈ ਹੈ ਨਹੀਂ, ਤੂੰ ਦੀਪਾਂ ਦੇ ਵਿੱਚ, ਲੋਹਾਂ ਦੇ ਵਿੱਚ ਹਰ ਥਾਂ ਮੌਜੂਦ ਹੈ ਤੂੰ। ਥਾਨ ਥਨੰਤਰ, ਥਨੰਤਰ ਕਹਿੰਦੇ ਹੈ ਕਿ ਥਾਨ ਨੂੰ ਛੱਡ ਕੇ ਜਿਹੜੀ ਕੋਈ ਦਰਾਰ ਵੀ ਰਹਿ ਜਾਂਦੀ ਹੈ, ਕਹਿੰਦੇ ਉਸ ਦਰਾਰ ਦੇ ਵਿੱਚ ਵੀ ਮੌਜੂਦ ਹੈ, ਥਾਨ ਥਨੰਤਰ ਹਰ ਥਾਂ ਮੌਜੂਦ ਹੈ। ਨਾਨਕ ਭਗਤਾਂ ਸੱਚ ਆਧਾਰ ਜੀ, ਉਹ ਤੇਰਾ ਹੀ, ਤੇਰੇ ਹੀ ਨਾਮ ਦਾ ਆਧਾਰ ਭਗਤਾਂ ਨੂੰ ਜੀ। ਹੋ ਗੋਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ, ਸਭ ਹੋਈ ਛਿੰਝ ਇਕੱਠੀਆ, ਦਈ ਬੈਠਾ ਵੇਖੇ ਆਪ ਜੀਉ। ਇਹ ਛਿੰਝ ਲਫ਼ਜ਼ ਸਾਡੇ ਸ਼ਹਿਰੀਆਂ ਬੱਚਿਆਂ ਨੇ ਨਹੀਂ ਸੁਣਿਆ, ਛਿੰਝ ਕਹਿੰਦੇ ਹੈ ਮਲ ਅਖਾੜੇ ਨੂੰ, ਅਖਾੜਾ ਵੀ ਨਹੀਂ ਸੁਣਿਆ ਹੋਏਗਾ। ਜੇ ਦੰਗਲ ਮੂਵੀ ਦੇਖੀਏ ਤਾਂ ਪਤਾ ਲੱਗ ਜਾਏਗਾ ਜੀ, ਫਾਈਟ ਕਿਹਨੂੰ ਕਹਿੰਦੇ, ਕੁਸ਼ਤੀ ਕਿਹਨੂੰ ਕਹਿੰਦੇ, ਦੰਗਲ ਮੂਵੀ 'ਚ ਇੱਕ ਇਗਜ਼ੈਂਪਲ। ਇਸ ਤਰ੍ਹਾਂ ਹੀ ਸਾਡੇ ਪਿੰਡਾਂ 'ਚ ਅੱਜ ਵੀ ਛਿੰਝ ਖੇਡੀ ਜਾਂਦੀ ਹੈ, ਮਿੱਟੀ ਦੇ ਵਿੱਚ ਪਹਿਲਵਾਨ ਆਉਂਦੇ ਹੈ, ਇੱਕ ਦੂਸਰੇ ਦੇ ਨਾਲ ਘੁਲਦੇ ਹੈ। ਗੁਰੂ ਸਾਹਿਬ ਕਹਿੰਦੇ ਹੈ ਮੇਰਾ ਸਿੱਖ ਭਲਵਾਨ ਹੈ, ਹਾਂ ਗੋਸਾਈ ਦਾ ਪਹਿਲਵਾਨੜਾ, ਥਾਪੜਾ ਦਿੰਦੇ ਇੱਕ ਸਿੱਖ ਨੂੰ ਕਿ ਪਹਿਲਾਂ ਬਾਹਰ ਦੀ ਲੜਾਈ ਨਹੀਂ ਹੈ, ਪਹਿਲਾਂ ਅੰਦਰ ਦੀ ਲੜਾਈ ਹੈ, ਪਹਿਲਾਂ ਇਹ ਵਾਲੀ ਲੜਾਈ ਨੂੰ ਜਿੱਤੋ, ਅੰਦਰ ਦੇ ਵਿਕਾਰਾਂ ਨੂੰ ਫਤਿਹ ਕਰੋ। ਕਹਿੰਦੇ ਹੋਂ ਸਾਈਂ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ। ਕਹਿੰਦੇ ਹੁਣ ਸਿੱਖ ਨੇ ਫਤਿਹ ਪਾ ਲਈ ਹੈ,
ਜਿਸ ਵੇਲੇ ਭਲਵਾਨ ਮਲ ਅਖਾੜੇ ਨੂੰ ਜਿੱਤ ਲੈਂਦਾ ਨਾ, ਉਹਨੂੰ ਉਹਨੂੰ ਇੱਕ ਸਰੂਪਾ ਇੱਕ ਮੱਝ ਦਿੱਤੀ ਜਾਂਦੀ, ਉਹ ਸਿਰ 'ਤੇ ਬੰਨਦਾ ਤੁਰਲਾ ਕੱਢ ਕੇ, ਉਹਨੂੰ ਦੁਮਾਲੜਾ ਕਿਹਾ, ਕਹਿੰਦੇ ਉੱਚੀ ਦਸਤਾਰ ਕਿ ਭਾਵ ਹੁਣ ਜਿੱਤ ਲਿਆ ਇਹ ਮਲ ਅਖਾੜਾ, ਸਭ ਹੋਈ ਛਿੰਝ ਇਕੱਠੀਆਂ ਦਏ ਬੈਠਾ, ਵੇਖੈ ਆਪ ਜੀ ਉਹ ਦਏ ਕਹਿੰਦੇ ਪ੍ਰਭੂ ਨੂੰ, ਖੁਦਾ ਨੂੰ, ਪਰਮਾਤਮਾ ਨੂੰ, ਇਹ ਸਾਰੇ ਛਿੰਝ ਨੇ। ਗੁਰੂ ਸਾਹਿਬ ਕਹਿੰਦੇ ਸੰਗਤ ਦੇ ਵਿੱਚ ਸਾਰੇ ਭਲਵਾਨ ਇਕੱਠੇ ਹੋਏ ਨੇ ਜਿਨ੍ਹਾਂ ਨੇ ਅੰਦਰ ਵਿਕਾਰੀ ਬਿਰਤੀਆਂ ਦੇ ਨਾਲ ਜੰਗ ਕਰਨੀ ਹੈ, ਲੜਨਾ ਹੈ। ਕਹਿੰਦੇ ਹੁਣ ਪ੍ਰਭੂ ਆਪ ਬੈਠ ਕੇ ਇਸ ਮਲ ਅਖਾੜੇ ਨੂੰ ਵੇਖ ਰਿਹਾ ਜੀ। ਵਾਤ ਵਜਨ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਨਿਹੱਤੇ ਪੰਜ ਜਵਾਨ ਮੈਂ, ਗੁਰ ਥਾਪੀ ਦਿੱਤੀ ਕੰਡ ਜੀਓ। ਮਲ ਅਖਾੜਿਆਂ ਦੇ ਵਿੱਚ ਬੜੇ ਵਾਤ ਵਜਨ ਟਮਕ ਭੇਰੀਆਂ ਵੱਜ ਰਹੇ, ਢੋਲ ਵੱਜ ਰਹੇ ਹੁੰਦੇ ਆ, ਵਾਜੇ ਵੱਜ ਰਹੇ ਹੁੰਦੇ ਆ ਐਂਥੂਸੀਆਜ਼ਮ ਦੇਣ ਲਈ। ਕਹਿੰਦੇ ਉਹ ਨਗਾੜੇ ਵੱਜ ਰਹੇ ਆ, ਉਹ ਢੋਲ ਵੱਜ ਰਹੇ, ਕਿਹੜੇ? ਇਹ ਮਾਇਆ ਦੇ, ਪਸਾਰਿਆਂ ਦੇ, ਲੋਕਾਂ ਦੀ ਭੱਜ ਨੱਠ ਦੇ। ਪਰ ਇਹਦੇ ਵਿੱਚ ਮਲ ਲੱਥੇ ਲੈਂਦੇ ਫੇਰੀਆਂ, ਗੁਰੂ ਕੇ ਸਿੱਖ ਇਹਦੇ ਵਿੱਚ ਪਹਿਲਵਾਨੜੇ ਵੀ ਮੌਜੂਦ ਨੇ, ਜਿਹੜੇ ਪ੍ਰਭੂ ਦੀ ਬਖਸ਼ਿਸ਼ ਲੈ ਕੇ ਇਸ ਮਾਇਆ ਰੂਪੀ ਗੇੜ ਦੇ ਵਿੱਚ ਸਿਰਫ ਔਰ ਸਿਰਫ ਆਪਣਾ ਨਿਸ਼ਾਨਾ ਆਪਣੇ ਦੁਸ਼ਮਣ ਵੱਲ ਰੱਖਦੇ ਨੇ। ਹੁਣ ਕੀ ਹੋਇਆ? ਨਿਹਤੇ ਪੰਜ ਜਵਾਨ ਮੈਂ, ਉਹ ਜਿਹੜੇ ਪੰਜ ਵਿਕਾਰੀ ਸੀ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇੱਕੋ ਇੱਕ ਮਨ ਪਹਿਲਵਾਨ ਨੇ ਹੁਣ ਜਿੱਤ ਲਏ ਹੈ। ਗੁਰ ਥਾਪੀ ਦਿੱਤੀ ਕੰਡ, ਕਹਿੰਦੇ ਪਿੱਛੇ ਕੰਡੀ ਨੂੰ, ਪਿੱਠ ਨੂੰ, ਕਹਿੰਦੇ ਗੁਰੂ ਨੇ ਪਿੱਛੇ ਕੰਡੀ ਤੇ ਥਾਪੀ ਦਿੱਤੀ ਹੈ ਜੀ। ਵਾਹ, ਤੂੰ ਜਿੱਤ ਗਿਆ ਜੀ। ਸਭ ਇਕੱਠੇ ਹੋਏ ਆਇਆ, ਕਰ ਜਾਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਉ। ਇੱਥੇ ਸਾਰੇ ਇਕੱਠੇ ਹੋ ਕੇ ਆਏ ਨੇ, ਆਉਣਾ ਸਭ ਦਾ ਇੱਕੋ ਜਿਹਾ, ਪਰ ਗੁਰੂ ਸਾਹਿਬ ਕਹਿੰਦੇ ਜਾਣਾ ਇੱਕੋ ਜਿਹਾ ਨਹੀਂ ਹੈ। ਕਰ ਜਾਸਨ ਵਾਟ ਵਟਾਇਆ, ਵਟਾਇਆ ਭਾਵ ਵੱਖਰਾ। ਹੁਣ ਕਿਹੋ ਜਿਹਾ ਵਾਟ ਹੈ? ਕਹਿੰਦੇ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਈ ਜੀਉ। ਜਿਹੜੇ ਮਨਮੁਖ ਹੈ ਉਹ ਜਮਾਂ ਦੇ ਰਸਤੇ ਤੇ ਪੈ ਗਏ, ਜਿਹੜੇ ਗੁਰਮੁਖ ਹੈ ਉਹ ਇਹ ਜੰਗ ਇਹ ਫਤਿਹ ਕਰਕੇ ਜ਼ਿੰਦਗੀ ਨੂੰ ਇੱਥੋਂ ਜਾਣਗੇ ਜੀ। ਤੂੰ ਵਰਨਾ ਚਿਹਨਾ ਬਾਹਰਾ, ਹਰ ਦਿਸੈ ਹਾਜ਼ਰ ਜਾਹਰਾ, ਸੁਣ ਸੁਣ ਤੁਜੈ ਧਿਆਏਂਦੇ, ਤੇਰੇ ਭਗਤ ਰਤੇ ਗੁਣ ਤਾਸ ਜਿਉ। ਚੱਕਰ ਚਿੰਨ ਅਰਬਰਨ ਜ਼ਾਤ ਅਰਪਾਤ ਨਹੀਂ, ਜੈ ਰੂਪ ਰੰਗ ਅਰੇਕ ਪੇਕੋ ਕਹਿ ਨਾ ਸਕਤ ਕਿਹੇ। ਕਹਿੰਦੇ ਤੂੰ ਵਰਨਾ ਚਿਹਨਾ ਬਾਹਰਾ, ਬਾਹਰ ਹੈ, ਕੋਈ ਚਿੰਨ ਨਹੀਂ ਹੈ, ਕੋਈ ਰੂਪ ਨਹੀਂ ਹੈ, ਰੇਖ ਨਹੀਂ, ਪਰ ਹਰ ਦਿਸ ਹੈ ਹਾਜ਼ਰ ਜ਼ਾਹਰਾ, ਸਾਰਿਆਂ ਦੇ ਵਿੱਚ। ਇਹਨੂੰ ਜ਼ਾਹਰਾ ਨਾ ਪੜ੍ਹੀਏ, ਜ਼ਾਹਰਾ ਪੜ੍ਹੀਏ। ਇਹ ਫਾਰਸੀ ਹਾਜ਼ਰ ਹਜ਼ੂਰ ਹੈ ਕਿ ਜ਼ਾਹਰ ਜ਼ਹੂਰ ਹੈ, ਇਹ ਹੈ ਕਿ ਸਾਰਿਆਂ ਦੇ ਵਿੱਚ ਤੂੰ ਮੌਜੂਦ ਹੈ। ਸੁਣ ਸੁਣ ਤੁਝੇ ਤੇ ਆਇੰਦੇ, ਜਿਹੜੇ ਤੇਰੇ ਭਗਤ ਹੈ ਨਾ, ਤੈਨੂੰ ਸੁਣ ਸੁਣ ਕੇ, ਭਗਤਾਂ ਤੋਂ ਹੀ, ਭਗਤੀ ਤੋਂ ਹੀ ਸੁਣ ਸੁਣ ਕੇ ਤੈਨੂੰ ਧਿਆਉਂਦੇ ਹੈ। ਤੇਰੇ ਭਗਤ ਰੱਤੇ ਗੁਣਤਾਸ ਜੀ, ਉਹ ਤੇਰੇ ਗੁਣਾਂ ਦੇ ਵਿੱਚ ਉਹ ਲਬਾ ਲਬ ਭਰ ਗਏ ਨੇ ਜੀ। ਮੈਂ ਜੁਗ ਜੁਗ ਦਏ ਸੇਵੜੀ, ਗੁਰ ਕੱਟੀ ਮਹਿੰਦੀ ਜੇਵੜੀ, ਹਉ ਬਾਹੁਰ ਛਿੰਜ ਨਾ ਨੱਚਊ, ਨਾਨਕ ਅਵਸਰ ਲੱਦਾ ਪਾਲ ਜੀਉ। ਆ ਲਫ਼ਜ਼ ਨਹੀਂ ਲੱਭਣੇ ਤੁਹਾਨੂੰ ਕਿੱਥੋਂ ਵੀ, ਪੁਰਾਣੇ ਤੋਂ ਪੁਰਾਣਾ ਲਿਟਰੇਚਰ ਕੱਢ ਕੇ ਵੇਖ ਲਓ। ਗੁਰੂ ਸਾਹਿਬ ਕਹਿੰਦੇ ਮੈਂ ਜੁਗ ਜੁਗ ਦਏ ਸੇਵੜੀ, ਦਏ ਕਹਿੰਦੇ ਪ੍ਰਭੂ ਨੂੰ, ਸੇਵੜੀ ਕਹਿੰਦੇ ਮੈਂ ਤੇਰੀ ਹੁਣ ਸੇਵਾਦਾਰ ਹੋ ਗਈ ਹਾਂ, ਜੁਗਾਂ ਜੁਗਾਂ ਤੋਂ ਤੇਰੀ ਸੇਵਾ ਕਰਦੀ ਹਾਂ ਅਤੇ ਤੇਰੀ ਸੇਵਾ ਕਰਨੀ ਹੈ। ਗੁਰਕੱਟੀ ਮਿਹਡੀ ਜੇਵੜੀ, ਇਹ ਲਹਿੰਦਾ ਲਫ਼ਜ਼ ਹੈ ਮੁਲਤਾਨੀ, ਮੇਰੀ ਜੇਵੜੀ ਜਿਹੜੀ ਗੱਲ ਦੇ ਵਿੱਚ ਜਿਹੜੀ ਉਹ ਰੱਸੀ ਮਾਇਆ ਦੀ ਪਈ ਸੀ ਪੈਰਾਂ 'ਚ, ਕਹਿੰਦੇ ਉਹ ਕੱਟ ਦਿੱਤੀ ਹੈ। ਫਿਰ ਹੁਣ ਕੀ ਹੋਇਆ? ਕਹਿੰਦੇ ਹੁਣ ਮੈਂ ਇਹ ਜਿਸ ਵੇਲੇ ਮਲ ਅਖਾੜਾ ਭਲਵਾਨ ਜਿੱਤ ਲੈਂਦਾ ਨਾ, ਉਹਨੂੰ ਫਿਰ ਦੁਬਾਰਾ ਉਸ ਉਹਦੇ ਨਾਲ ਆਪਣੇ ਦੁਸ਼ਮਣ ਦੇ ਨਾਲ ਲੜਨ ਦਾ ਮੌਕਾ ਨਹੀਂ ਦਿੱਤਾ ਜਾਂਦਾ। ਕਹਿੰਦੇ ਤੂੰ ਹੁਣ ਜਿੱਤ ਗਿਆ, ਤੇਰੀ ਹੁਣ ਫਤਿਹ ਹੋ ਗਈ ਹੈ, ਹਾਂ ਬਹੁੜ ਛਿੰਝ ਨਾ ਨੱਚੋ। ਕਹਿੰਦੇ ਹੁਣ ਮੈਨੂੰ ਇਸ ਮਲ ਅਖਾੜੇ 'ਚ ਨੱਚਣ ਦੀ ਲੋੜ ਨਹੀਂ, ਜਾਣ ਦੀ ਲੋੜ ਨਹੀਂ, ਨਾਨਕ ਅਵਸਰ ਲੱਦਾ ਭਾਲ ਜੀ। ਉਹ ਨਾਨਕ ਨੇ ਸਿਰ 'ਤੇ ਮੇਰੇ ਉੱਤੇ ਇਹੋ ਜਿਹਾ ਅਵਸਰ, ਇਹੋ ਜਿਹਾ ਸਮਾਂ ਦਿੱਤਾ ਸੀ, ਮੈਂ ਉਹ ਉਸ ਪੰਜਾਂ ਨੂੰ ਫਤਿਹ ਕਰਕੇ ਉਸ ਪਰਮਾਤਮਾ ਨੂੰ ਲੱਦ ਲਿਆ, ਲੱਭ ਲਿਆ ਹੈ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਰਾਗ ਮਹਿਲਾ ਪਹਿਲਾ, ਪਹਿਰੇ ਕਰ ਪਹਿਲਾ,
ਪਹਿਲੇ ਪਹਿਰੇ ਰਹਿਣ ਕੈ ਵਣ ਜਾ ਰਿਹਾ ਮਿੱਤਰਾ ਹੁਕਮ ਪਿਆ ਗਰਬਾਸ ਉਰਦ ਤਪ ਅੰਤਰ ਕਰੇ ਵਣ ਜਾ ਰਿਹਾ ਮਿੱਤਰਾ ਖਸਮ ਸਿਤੀ ਅਰਦਾਸ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੀ ਉਦਾਸੀਆਂ ਵੱਲ ਜੰਬੂ ਇਲਾਕੇ ਵੱਲ ਗਏ ਉੱਥੇ ਵਣਜਾਰਿਆਂ ਦਾ ਕਾਫਲਾ ਸੀ ਵਣਜਾਰਿਆਂ ਦੀ ਬਸਤੀ ਸੀ ਉਸ ਬਸਤੀ ਦੇ ਵਿੱਚ ਪਹੁੰਚੇ ਅਤੇ ਜਿਹੜਾ ਵਣਜਾਰਾ ਸਰਦਾਰ ਸੀ ਉਸ ਬਸਤੀ ਦਾ ਉਹਦੇ ਜਵਾਨ ਪੁੱਤਰ ਦੀ ਮੌਤ ਹੋ ਗਈ ਸੀ ਅਤੇ ਸਾਰਾ ਰੁਦਨ ਸੀ ਇੱਕ ਦਿਨ ਪਹਿਲਾਂ ਖੁਸ਼ੀਆਂ ਸੀ ਅਗਲੇ ਦਿਨ ਰੁਦਨ ਹੋ ਗਿਆ ਮੌਤ ਇਵੇਂ ਹੀ ਹੈ ਬਿਲਕੁਲ ਪਤਾ ਹੀ ਨਹੀਂ ਲੱਗਦਾ ਕਿਸ ਤਰ੍ਹਾਂ ਇਹ ਕਾਲ ਵਾਪਰ ਜਾਂਦਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਉਸ ਸਾਰੇ ਪਿੰਡ ਨੂੰ ਵਣਜਾਰਿਆਂ ਨੂੰ ਵਣਜਾਰਾ ਕੌਣ ਹੁੰਦਾ ਹੈ ਇਹਦਾ ਅੱਗੇ ਮੈਂ ਤੁਹਾਨੂੰ ਖੁਲਾਸਾ ਕਰਾਂਗਾ ਵਣਜਾਰਿਆ ਕਿਹਾ ਕਿਹਨੂੰ ਜਾਂਦਾ ਹੈ ਫਿਰ ਉਸ ਪਿੰਡ ਨੂੰ ਉਹਨਾਂ ਲੋਕਾਂ ਨੂੰ ਧਰਵਾਸ ਦੇਣ ਵਾਸਤੇ ਗੁਰੂ ਸਾਹਿਬ ਨੇ ਕਿਹਾ ਕਿ ਇਹ ਜ਼ਿੰਦਗੀ ਦੇ ਪਹਿਰ ਨੇ ਜਿਹੜੇ ਆਪਾਂ ਦਿਨ ਦੇ ਚਾਰ ਪਹਿਰ ਦਿਨ ਚਾਰ ਪਹਿਰ ਰਾਤ ਅੱਠ ਪਹਿਰ ਕਹਿੰਦੇ ਆ ਕਹਿੰਦੇ ਇਹ ਵੀ ਜ਼ਿੰਦਗੀ ਦੀ ਰਾਤ ਬਤੀਤ ਹੋ ਜਾਂਦੀ ਹੈ ਪਹਿਲੇ ਪਹਿਰ ਹੈ ਪਹਿਲਾ ਲਫ਼ਜ਼ ਹੈ ਪਹਿਲਾ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਪਹਿਲੀ ਜਿਹੜੀ ਪੈਰ ਦੀ ਰਹਿਣ ਹੁੰਦੀ ਹੈ ਭਾਵ ਇਸ ਜ਼ਿੰਦਗੀ ਦੀ ਕਹਿੰਦੇ ਕਰਦਾ ਕੀ ਹੈ ਹੁਕਮ ਪਿਆ ਗਰਭਾਸ ਇਸ ਗਰਭ ਦੇ ਵਿੱਚ ਮਾਂ ਦੇ ਪੁੱਤਰ ਬੱਚਾ ਆਉਂਦਾ ਔਲਾਦ ਆਉਂਦੀ ਹੈ ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ ਉਹ ਪ੍ਰਭੂ ਦੇ ਨਾਲ ਉਹਦੀ ਲਿਵ ਲੱਗੀ ਹੁੰਦੀ ਹੈ ਬੱਚੇ ਦੀ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਵੀ ਲਟਕ ਕੇ ਉਸ ਪ੍ਰਭੂ ਦੇ ਵਿੱਚ ਅਰਦਾਸ ਰੂਪ ਦੇ ਵਿੱਚ ਜੁੜਿਆ ਹੁੰਦਾ ਹੈ ਜੀ ਖਸਮ ਸੇਤੀ ਅਰਦਾਸ ਵਖਾਣੈ ਉਰਦ ਧਿਆਨ ਲਿਵ ਲਾਗਾ ਨਾਮ ਅਰਜਾਦ ਆਇਆ ਕਲ ਭੀਤਰ ਬਾਹੁੜ ਜਾਸੀ ਨਾਂਗਾ ਉਹ ਖਸਮ ਦੇ ਨਾਲ ਅਰਦਾਸ ਦੇ ਵਿੱਚ ਆਪਾਂ ਗੁਰੂ ਅਮਰਦਾਸ ਜੀ ਦਾ ਆਨੰਦ ਸਾਹਿਬ ਪੜ੍ਹੀਏ ਅਤੇ ਉਹਦੇ ਵਿੱਚ ਸਾਨੂੰ ਸਾਰਾ ਮਿਲੇਗਾ ਕਿ ਕਿਸ ਤਰ੍ਹਾਂ ਉਹ ਬੱਚਾ ਭਾਣੇ ਦੇ ਅੰਦਰ ਜਨਮ ਲੈਂਦਾ ਪਰ ਜਨਮ ਤੋਂ ਪਹਿਲਾਂ ਉਹ ਗਰਭ ਦੇ ਵਿੱਚ ਉਹ ਉਸ ਹੁਕਮ ਦੇ ਵਿੱਚ ਅਰਦਾਸ ਕਰ ਰਿਹਾ ਹੁੰਦਾ ਹੈ ਕਹਿੰਦੇ ਖਸਮ ਸੇਤੀ ਅਰਦਾਸ ਵਿਖਾਣੇ ਉਰਦ ਧਿਆਨ ਲਿਵ ਲਾਗਾ ਉਹ ਧਿਆਨ ਦੇ ਵਿੱਚ ਜੁੜਿਆ ਹੁੰਦਾ ਬੱਚਾ ਬਿਲਕੁਲ ਧਿਆਨ 'ਚ ਜੁੜਿਆ ਹੁੰਦਾ ਮਾਤਾ ਦੇ ਗਰਭ 'ਚ ਨਾ ਮਰਜਾਦ ਆਇਆ ਕਹਿੰਦੇ ਉਹ ਜਦ ਇਸ ਧਰਤੀ 'ਤੇ ਆਉਂਦਾ ਤਾਂ ਬਿਨਾਂ ਮਰਿਆਦਾ ਤੋਂ ਆਉਂਦਾ ਭਾਵ ਨਾ ਕੱਪੜੇ ਉਹਨੇ ਪਾਏ ਹੁੰਦੇ ਨਾ ਕੋਈ ਇਸ ਸ੍ਰਿਸ਼ਟੀ ਦੀ ਮਰਿਆਦਾ ਹੁੰਦੀ ਹੈ ਕੱਲ ਭੀਤਰ ਇਸ ਸੰਸਾਰ 'ਚ ਆਉਂਦਾ ਬਹੁੜ ਜਾਸੀ ਉਵੇਂ ਹੀ ਉਹ ਨੰਗਾ ਚਲਾ ਜਾਂਦਾ ਹੈ ਜੀ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀਅੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰ ਹੁਕਮ ਪਿਆ ਉਹ ਮਾਤਾ ਦੇ ਗਰਭ ਦੇ ਵਿੱਚ ਪਹਿਲਾ ਪੈਰ ਬਤੀਤ ਹੁੰਦਾ ਜੀ ਦੂਜੇ ਪਹਿਰੇ ਰਹਿਣ ਕੈ ਵਣ ਜਾ ਰਿਹਾ ਮਿੱਤਰਾ ਵਿਸਰ ਗਿਆ ਧਿਆਨ ਹੱਥੋਂ ਹੱਥ ਨਚਾਈਏ ਵਣ ਜਾ ਰਿਹਾ ਮਿੱਤਰਾ ਜਿਉਂ ਜਸਦਾ ਘਰ ਕਾਨ ਇੱਥੇ ਮੈਨੂੰ ਲੱਗਦਾ ਰਮਜ ਫੜੀ ਨੀ ਤੁਸੀਂ ਇੱਥੇ ਰਮਜ਼ ਇਹ ਹੈ ਕਿ ਅਸੀਂ ਬੱਚਾ ਜਨਮ ਹੋਣ ਤੋਂ ਬਾਅਦ ਉਮਰ ਸ਼ੁਰੂ ਕਰਦੇ ਹਾਂ ਗੁਰੂ ਸਾਹਿਬ ਮਾਤਾ ਦੇ ਗਰਭ ਦੇ ਵਿੱਚ ਉਮਰ ਸ਼ੁਰੂ ਕਰਦੀ ਹੈ ਪਹਿਲਾ ਪੈਰ ਗਰਭ 'ਚੋਂ ਹੋ ਗਿਆ ਕਿ ਬੱਚੇ ਦੀ ਉਮਰ ਗਰਭ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਜਿਸ ਵੇਲੇ ਆਤਮਾ ਦਾ ਪ੍ਰਗਟਾਵਾ ਹੋ ਜਾਂਦਾ ਅੰਦਰ ਜਿਹਨੂੰ ਗੁਰੂ ਸਾਹਿਬ ਜੀ ਦੀ ਬਾਣੀ ਕਹਿੰਦੀ ਗੰਡੇਂਦਿਆਂ ਛੇ ਮਾਂ ਤੋੜੇਂਦਿਆਂ ਇੱਕ ਖਿਨ ਇਹ ਜਿਸ ਵੇਲੇ ਅੰਦਰ ਗੰਡੇਂਦਿਆ ਜਾਂਦੇ ਆ ਗੁਰੂ ਸਾਹਿਬ ਪਹਿਲਾ ਪੈਰ ਉਮਰ ਸ਼ੁਰੂ ਹੋ ਗਈ ਅਸਲ ਦੇ ਵਿੱਚ ਗਰਭ ਦੇ ਵਿੱਚੋਂ ਹੀ ਬੱਚੇ ਦੀ ਗੁਰੂ ਸਾਹਿਬ ਕਹਿੰਦੇ ਜਿਹੜਾ ਦੂਸਰਾ ਪੈਰ ਹੁੰਦਾ ਰਹਿਣ ਦਾ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ ਜਦ ਉਹ ਇਸ ਸ੍ਰਿਸ਼ਟੀ ਦੇ ਵਿੱਚ ਬਾਹਰ ਆਉਂਦਾ ਬਾਹਰ ਆ ਕੇ ਜਿਹੜਾ ਧਿਆਨ ਮਾਤਾ ਦੇ ਗਰਭ 'ਚ ਉਹ ਜੁੜਿਆ ਹੋਇਆ ਸੀ ਕਹਿੰਦੇ ਉਹ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਕਹਿੰਦੇ ਮਾਇਆ ਨੇ ਐਸਾ ਹੁਕਮ ਮਾਇਆ ਦਾ ਐਸਾ ਹੁਕਮ ਵਾਪਰਿਆ ਗਿਆ ਕਿ ਹੱਥੋਂ ਹੱਥ ਨਚਾਈਆ ਵਣਜਾਰਿਆ ਮਿੱਤਰਾ ਕਹਿੰਦੇ ਜਿਉਂ ਜਿਉਂ ਮਾਂ ਉਹਨੂੰ ਪਿਤਾ ਉਹਨੂੰ ਹੱਥ ਨਾਲ ਖੇਡ ਖੇਡ ਕੇ ਨਚਾਉਂਦੇ ਹੈ ਕਹਿੰਦੇ ਤਿਵੇਂ ਤਿਵੇਂ ਉਹ ਮਾਇਆ ਦੇ ਰੰਗ ਦੇ ਵਿੱਚ ਮੋਹ ਦੇ ਵਿੱਚ ਫਸਿਆ ਜਾਂਦਾ ਹੈ ਜਿਉਂ ਜਸੁਦਾ ਘਰ ਕਾਨ ਮਾਤਾ ਯਸ਼ੋਦਾ ਨੇ ਜਿਵੇਂ ਕ੍ਰਿਸ਼ਨ ਨੂੰ ਕਾਨਾਂ ਨੂੰ ਪਾਲਿਆ ਸੀ ਨਾ
ਇਸੇ ਤਰ੍ਹਾਂ ਹਰ ਮਾਂ ਦੇ ਲਈ ਆਪਣੀ ਔਲਾਦ ਪਿਆਰੀ ਹੁੰਦੀ ਹੈ ਜੀ। ਹੱਥੋਂ ਹੱਥ ਨਚਾਈਏ ਪ੍ਰਾਣੀ, ਮਾਤ ਕਹੇ ਸੁਤ ਮੇਰਾ, ਚੇਤ ਅਚੇਤ ਮੂੜ ਮਨ ਮੇਰੇ, ਅੰਤ ਨਹੀਂ ਕਛ ਤੇਰਾ। ਝੱਟ ਦੇ ਵਿੱਚ ਕਿਸੇ ਦੇ ਹੱਥ 'ਚ ਜਾਏ ਬੱਚਾ ਰੋਣ ਲੱਗ ਜਾਏ ਤੇ ਹੱਥੋਂ ਹੱਥ ਨਚਾਈਏ ਮਾਂ ਖੋ ਲੈਂਦੀ ਹੈ ਤੇ ਕਹਿੰਦੀ ਹੈ ਕਹੇ ਸੁਤ ਮੇਰਾ, ਮੇਰੇ ਪੁੱਤ ਬੜੇ ਬੜੇ ਨਾਮ ਪਿਆਰੇ ਲੈ ਕੇ ਪਿਆਰ ਲਾਡ ਕੇ ਲੈ ਜਾਂਦੇ ਆ, ਚੇਤ ਅਚੇਤ ਮੂੜ ਮਨ ਮੇਰੇ। ਪਰ ਗੁਰੂ ਸਾਹਿਬ ਕਹਿੰਦੇ ਮਨ ਦੇ ਵਿੱਚ ਇਹ ਵੀ ਚੇਤਾ ਰਹਿਣਾ ਚਾਹੀਦਾ, ਅੰਤ ਨਹੀਂ, ਕੁਛ ਵੀ ਅੰਤ ਦੇ ਵਿੱਚ ਨਾਲ ਨਹੀਂ ਹੈ ਜੀ। ਜਿਨ ਰਚ ਰਚਿਆ ਤਿਸਹਿ ਨਾ ਜਾਣੈ, ਮਨ ਪੀਤਰ ਤਰ ਗਿਆਨ, ਕਹੋ ਨਾਨਕ ਪ੍ਰਾਣੀ ਦੂਜੈ ਪਹਿਰੈ, ਵਿਸਰ ਗਿਆ ਧਿਆਨ। ਜਿਹਨੇ ਰਚਿਆ ਹੈ ਬਾਲਕ ਬੱਚਾ ਪ੍ਰਭੂ ਨੂੰ ਭੁੱਲਣਾ ਸ਼ੁਰੂ ਕਰ ਦਿੰਦਾ। ਇਹ ਹੈ ਵਣਜਾਰਿਆਂ ਦੀ ਖੇਡ ਭਾਵ ਸਾਡੇ ਮਨੁੱਖਾਂ ਦੀ ਖੇਡ। ਹੋ ਸਕਦਾ ਕਿ ਗੁਰਮੁਖ ਦੇ ਪਰਿਵਾਰ ਦੇ ਵਿੱਚ ਬੱਚਿਆਂ ਨੂੰ ਹੁੰਦਾ ਹੀ ਹੈ ਕਿ ਗੁਰਮੁਖ ਤਾਈ ਦੀ ਬਿਰਤੀ ਬਚਪਨ ਤੋਂ ਹੀ ਮਿਲ ਜਾਂਦੀ ਹੈ। ਗੁਰੂ ਸਾਹਿਬ ਕਹਿੰਦੇ ਕਿ ਜਿਵੇਂ ਜਿਵੇਂ ਉਮਰ ਵੱਧਦੀ ਸ਼ੁਰੂ ਹੁੰਦੀ ਹੈ, ਜਿਨ ਰਚ ਰਚਿਆ ਤਿਸੈ ਨਾ ਜਾਣੇ ਮਨ ਪੀਤਰ ਧਰ ਗਿਆਨ, ਕਹਿੰਦੇ ਉਹ ਗਿਆਨ ਵਿਸਰ ਜਾਂਦਾ। ਜਿਵੇਂ ਦੁਨੀਆਂ ਦਾ ਗਿਆਨ ਵਧਣਾ ਸ਼ੁਰੂ ਹੁੰਦਾ, ਪ੍ਰਭੂ ਦਾ ਗਿਆਨ ਵਿਸਰ ਜਾਂਦਾ। ਕਹਿੰਦੇ ਇਸੇ ਤਰ੍ਹਾਂ ਕਹੋ ਨਾਨਕ ਪ੍ਰਾਣੀ ਦੂਜੇ ਪੈਰੇ ਵਿਸਰ ਗਿਆ, ਉਹ ਧਿਆਨ ਤੇ ਹੁਣ ਬਿਲਕੁਲ ਵਿਸਰ ਗਿਆ ਜਿਹੜਾ ਧਿਆਨ ਮਾਤਾ ਦੇ ਗਰਭ ਦੇ ਵਿੱਚ ਲੱਗਿਆ ਹੋਇਆ ਸੀ ਜੀ। ਤੀਜੇ ਪਹਿਰੈ ਰਹਿਣ ਕੈ ਵਣ ਜਾ ਰਿਹਾ ਮਿੱਤਰਾਂ, ਧਨ ਜੋ ਬਨ ਸਿਉ ਚਿੱਤ, ਹਰ ਕਾ ਨਾਮ ਨਚੇਤ ਹੀ ਵਣ ਜਾ ਰਿਹਾ ਮਿੱਤਰਾਂ, ਬੱਧਾ ਛੁੱਟੈ ਜਿੱਤ। ਤੀਜਾ ਪੈਰ ਹੁਣ ਜ਼ਿੰਦਗੀ ਦਾ ਆਇਆ, ਜਵਾਨੀ ਦੇ ਵਿੱਚ ਪੈਰ ਰੱਖਿਆ ਵਣ ਜਾ ਰਿਹਾ ਮਿੱਤਰਾਂ। ਵਣ ਜਾ ਰਹੇ ਕਿਹਨੂੰ ਕਹਿੰਦੇ ਆ? ਬਿੰਦੀਆਂ, ਸੰਦੂਰ, ਚੂੜੀਆਂ, ਸਲਾਈਆਂ, ਸ਼ਿੰਗਾਰ ਦੇ ਛੋਟੇ ਛੋਟੇ ਸਮਾਨ ਲੈ ਕੇ ਘਰਾਂ ਦੇ ਵਿੱਚ ਜਿਹੜੇ ਵੇਚਣ ਆਉਂਦੇ ਨਾ ਪੰਡ ਖੋਲ੍ਹ ਕੇ, ਉਹਨਾਂ ਨੂੰ ਵਣਜਾਰਾ ਕਿਹਾ ਜਾਂਦਾ। ਅੱਜ ਦੇ ਸਮੇਂ 'ਚ, ਅੱਜ ਤੋਂ 10 ਸਾਲ ਪਹਿਲਾਂ ਕਸ਼ਮੀਰ ਤੋਂ ਗਲੀਚੇ ਅਤੇ ਛਾਲਾਂ ਵੇਚਣ ਆਉਂਦੇ ਸੀ ਅਤੇ ਡਰਾਈ ਫਰੂਟ ਕੱਪੜੇ 'ਤੇ ਉਹਨਾਂ ਨੇ ਬੜੇ ਪਾਟੇ ਲੀੜੇ ਪਾਏ ਹੁੰਦੇ ਸੀ, ਉਹਨਾਂ ਨੂੰ ਵਣਜਾਰੇ ਕਹਿੰਦੇ। ਕੱਪੜੇ ਮੁਸ਼ਕ ਮਾਰਦੇ ਸੀ ਉਹਨਾਂ ਦੇ, ਪਰ ਜਦੋਂ ਪੰਡ ਖੋਲ੍ਹਦੇ ਸੀ ਨਾ, ਰੇਸ਼ਮੀ ਉਹਦਾ ਅੰਦਰ ਗਲੀਚੇ ਨਿਕਲਦੇ ਸੀ ਅਤੇ ਬੜੇ ਮਹਿੰਗੇ ਡਰਾਈ ਫਰੂਟਸ ਨਿਕਲਦੇ ਸੀ। ਵਣਜਾਰੇ ਦੇਖਣ ਨੂੰ ਬੜੇ ਗਰੀਬ ਹੁੰਦੇ ਆ, ਸਾਦੇ ਹੁੰਦੇ ਆ, ਪਰ ਅੰਦਰੋਂ ਬੜੀ ਅਮੀਰੀ ਹੁੰਦੀ ਹੈ। ਵਣਜਾਰਾ ਬਾਹਰੋਂ ਸਰੀਰ ਤੋਂ ਮਿੱਟੀ ਹੈ, ਪਰ ਅੰਦਰੋਂ ਨਾਮ ਦੀ ਬੜੀ ਅਮੀਰੀ ਹੈ ਇਹਦੇ ਕੋਲ। ਜਦ ਇਹ ਪੰਡ ਖੁੱਲ੍ਹਦੀ ਹੈ ਨਾ ਨਾਮ ਦੀ, ਅੰਦਰੋਂ ਫਿਰ ਰੇਸ਼ਮੀ ਗਿਆਨ ਪੈਦਾ ਹੁੰਦਾ ਹੈ। ਗੁਰੂ ਸਾਹਿਬ ਕਹਿੰਦੇ ਤੀਜਾ ਪੈਰ ਵਣਜਾਰਿਆਂ ਦਾ ਇਹ ਧਨ ਜੋ ਬਨ ਸਿਉ ਚਿੱਤ, ਜਵਾਨੀ 'ਚ ਪੈਰ ਪਿਆ ਧਨ ਔਰਤ ਸਰੀਰਾਂ ਦੇ ਨਾਲ, ਅਤੇ ਜੋ ਬਨ ਜਵਾਨੀ ਦੇ ਵਿੱਚ ਹਰ ਕਾ ਨਾਮ ਨਾ ਚੇਤੀ ਵਣਜਾਰਿਆਂ ਮਿੱਤਾ, ਬੱਧਾ ਛੁੱਟੈ ਹੈ ਜਿੱਤ। ਜਿਹਦੇ ਨਾਲ ਲੱਗ ਕੇ ਇਹ ਮਾਇਆ ਦੀ ਪਕੜ ਤੋਂ ਛੁੱਟਣਾ ਸੀ, ਉਹਨੂੰ ਹੀ ਵਿਸਰ ਗਿਆ ਜੀ। ਹਰ ਕਾ ਨਾਮ ਨਾ ਚੇਤੈ ਪ੍ਰਾਣੀ, ਵਿਕਲ ਪਿਆ ਸੰਗ ਮਾਇਆ, ਧਨ ਸਿਉ ਰੱਤਾ ਜੋ ਬਨ ਮੱਤਾ, ਅਹਿਲਾ ਜਨਮ ਗਵਾਇਆ। ਉਸੀ ਤੀਜੇ ਪੈਰ ਦੇ ਵਿੱਚ ਮਾਇਆ ਨਾ ਬਿਕੁਲ, ਬਿਕਲ ਕਹਿੰਦੇ ਆ ਵਿਆਕੁਲ, ਮਾਇਆ ਨਾ ਅੰਦਰ ਚਿੰਤਾ ਪੈਦਾ ਸ਼ੁਰੂ ਕਰਨੀ, ਇਹ ਕਿਵੇਂ ਹੋਏਗਾ, ਉਹ ਕਿਵੇਂ ਹੋਏਗਾ, ਇਹ ਕਿਵੇਂ ਕਰਾਂਗੇ, ਚਿੰਤਾਵਾਂ, ਵਿਆਕੁਲਤਾ ਸ਼ੁਰੂ ਹੋ ਗਈ ਮਾਇਆ ਦੇ ਨਾਲ ਅੰਦਰ। ਧਨ ਸਿਉ ਰੱਤਾ ਜੋ ਬਨ ਮੱਤਾ, ਹੁਣ ਜਵਾਨੀ ਦਾ ਵੀ ਅੰਦਰ ਨਸ਼ਾ ਹੈ ਅਤੇ ਧਨ ਦੇ ਨਾਲ ਵੀ ਬੜਾ ਗੂੜਾ ਸੰਬੰਧ ਹੋ ਗਿਆ। ਅਹਿਲਾ ਜਨਮ ਗਵਾਇਆ, ਇਹ ਜਨਮ ਗਵਾਤਾ ਜੀ। ਧਰਮ ਸੇਤੀ ਵਾਪਾਰ ਨਾ ਕੀਤੋ, ਕਰਮ ਨਾ ਕੀਤੋ ਮਿਤ, ਕਹੋ ਨਾਨਕ ਤੀਜੈ ਪਹਿਰੈ ਪ੍ਰਾਣੀ, ਧਨ ਜੋ ਬਨ ਸਿਉ ਚਿੱਤ। ਕਹਿੰਦੇ ਇਹ ਜਿਹੜੇ ਤਿੰਨ ਪੈਰ ਨੇ ਨਾ ਜ਼ਿੰਦਗੀ ਦੇ, ਇਹ ਤੇ ਝੱਟ ਹੀ ਨਿਕਲ ਜਾਂਦੇ ਆ। ਬੱਚਾ ਝੱਟ ਪੈਦਾ ਹੋ ਗਿਆ, ਬੱਚਾ ਝੱਟ ਵੱਡਾ ਹੋ ਗਿਆ, ਵੱਡੇ ਹੋਣ ਨੂੰ ਤੇ ਪਤਾ ਹੀ ਨਹੀਂ ਲੱਗਦਾ ਬੱਚਾ ਕਦ ਵੱਡਾ ਹੋ ਗਿਆ। ਉਸ ਤੋਂ ਬਾਅਦ ਜਿਹੜੀ ਜਵਾਨੀ ਹੁੰਦੀ ਹੈ ਨਾ, ਜਵਾਨੀ ਦਾ ਪਤਾ ਹੀ ਨਹੀਂ ਲੱਗਦਾ ਤੀਜੇ ਪੈਰ ਦਾ। ਗੁਰੂ ਸਾਹਿਬ ਕਹਿੰਦੇ ਕਹਿੰਦੇ ਇਹ ਜਿਹੜਾ ਤੀਜਾ ਪੈਰ ਹੈ ਨਾ, ਕਹਿੰਦੇ ਧਨ ਸਿਉ ਰੱਤਾ ਜੋ ਬਨ ਮਾਤਾ, ਇਹਦੇ ਵਿੱਚ ਹੀ, ਪਰ ਧਰਮ ਸੇਤੀ ਵਾਪਾਰ ਨਾ ਕੀਤੋ, ਜਦ ਜ਼ਰੂਰਤ ਸੀ। ਐਸ ਅਰਲੀ ਐਸ ਪੋਸੀਬਲ ਵਨ ਹੈਜ਼ ਟੂ ਅੰਡਰਸਟੈਂਡ ਦਾ ਰੀਅਲ ਮਿਸਟਿਸਿਜ਼ਮ ਆਫ ਲਾਈਫ। ਬੱਚੇ ਨੂੰ ਇਹ ਸਿੱਖ ਲੈਣਾ ਚਾਹੀਦਾ ਸੀ ਦੁਨਿਆਵੀ ਵਿੱਦਿਆ ਦੇ ਨਾਲ ਨਾਲ। ਸਾਡੀ ਵਿੱਦਿਆ ਉਹੋ ਜਿਹੀ ਰਹੀ ਨਹੀਂ, ਸਾਡੇ ਸਕੂਲਸ ਉਹੋ ਜਿਹੇ ਰਹੇ ਨਹੀਂ
ਕਿ ਸਾਨੂੰ ਧਰਮ ਦੀ ਵੀ ਨੌਲੇਜ ਦਿੰਦੇ ਬੱਚਿਆਂ ਨੂੰ, ਸਾਨੂੰ ਪੰਡ ਪੰਡ ਭਰ ਕੇ ਬਸਤਿਆਂ ਦੀ ਕਿਤਾਬਾਂ ਦੇ ਦਿੱਤੀਆਂ, ਬਸ ਉਹਦੇ ਵਿੱਚ ਹੀ ਦੱਬ ਕੇ ਟਿਊਸ਼ਨ ਤੱਕ ਸੀਮਿਤ ਰਹਿ ਗਏ। ਧਰਮ ਕਿੱਥੇ ਗੁਆਚ ਗਿਆ? ਧਰਮ ਵੀ ਦੇਣਾ ਬੜਾ ਜ਼ਰੂਰੀ ਸੀ। ਅੱਜ ਤਾਈਓ ਡਾਕਟਰਸ ਕਿਡਨੀਆਂ ਵਿੱਚ ਹੀ ਫਿਰਦੇ ਆ, ਅੱਜ ਅਨਐਥੀਕਲੀ ਇੰਜੀਨੀਅਰਸ ਕੀ ਕੁਝ ਕਰੀ ਜਾਂਦੇ ਆ, ਅੱਜ ਕਿੱਥੇ ਕਿੱਥੇ ਲੁੱਟ ਲੁੱਟ ਕੇ ਲੈ ਗਏ ਪੈਸਿਆਂ ਨੂੰ ਲੋਕਾਂ ਦੇ ਲੋਨ ਦੇ ਨਾਮ 'ਤੇ। ਇਹ ਧਰਮ ਕਰਕੇ ਸਾਰਾ ਵਪਾਰ ਸੀ ਸੱਚਾ। ਕਹਿੰਦੇ ਧਰਮ ਸੇਤੀ ਵਪਾਰ ਨਾ ਕੀਤੋ, ਕਰਮ ਨਾ ਕੀਤੋ। ਚੰਗੇ ਕਰਮਾਂ ਗੁਰੂ ਦੀ ਬਖਸ਼ਿਸ਼ ਨਾਲ ਮਿੱਤਰਤਾ 'ਤੇ ਪਾਈ ਨਹੀਂ। ਕਹੋ ਨਾਨਕ ਤੀਜੇ ਪੈਰੇ ਪ੍ਰਾਣੀ, ਧਨ ਜੋਬਨ ਸਿਉ ਚਿੱਤ। ਇਹ ਸਾਰਾ ਸਮਾਂ ਲੰਘ ਗਿਆ ਜੀ। ਚੌਥੇ ਪਹਿਰੇ ਰਹਿਣ ਕੇਵਣ ਜਾ ਰਿਹਾ ਮਿੱਤਰਾ, ਲਾਵੀ ਆਇਆ ਖੇਤ ਜਾਂ ਜਮ ਪਕੜ ਚਲਾਇਆ, ਵਣ ਜਾ ਰਿਹਾ ਮਿੱਤਰਾ ਕਿਸੇ ਨਾ ਮਿਲਿਆ ਭੇਤ। ਨਾਨਕ ਸਾਹਿਬ ਕਹਿੰਦੇ ਹੁਣ ਚੌਥਾ ਪੈਰ ਆ ਗਿਆ, ਪੈਰ ਰੱਖਤਾ ਚੌਥੇ ਪੈਰ 'ਤੇ। ਅੱਠ ਪੈਰ 'ਤੇ ਬਣੇ ਨਹੀਂ ਜ਼ਿੰਦਗੀ ਦੇ, ਭਾਵੇਂ ਦਿਨ ਦੇ ਚਾਰ ਪੈਰ, ਦਿਨ ਚਾਰ ਪੈਰ ਰਾਤ। ਗੁਰੂ ਸਾਹਿਬ ਨੇ ਕਿਹਾ ਰਾਤ ਹੀ ਸਮਝੋ, ਬਸ ਦਿਨ ਨਹੀਂ ਚੜ੍ਹਨਾ ਬੰਦੇ ਦਾ, ਇਹ ਰਾਤ ਦੇ ਹੀ ਚਾਰ ਪੈਰ ਨੇ। ਇਹ ਰਾਤ ਦੇ ਪਹਿਲੇ ਪੈਰ ਤੋਂ ਸ਼ੁਰੂ ਕੀਤਾ ਅਤੇ ਰਾਤ ਦਾ ਚੌਥਾ ਪੈਰ ਹੁਣ ਖਤਮ ਹੋਣ ਲੱਗਾ। ਗੁਰੂ ਸਾਹਿਬ ਕਹਿੰਦੇ ਹੁਣ ਕੀ ਹੋਇਆ, ਲਾਵੀ ਆਇਆ ਖੇਤ, ਫਸਲ ਵੱਢਣ ਵਾਲੇ ਆ ਗਏ ਦਾਤਰੇ ਲੈ ਕੇ, ਜਮ ਆ ਗਿਆ ਹੁਣ। ਕਹਿੰਦੇ ਕੀ ਕੀਤਾ, ਜਾਂ ਜਮ ਪੱਕੜ ਚਲਾਇਆ, ਵਣ ਜਾ ਰਿਹਾ ਮਿੱਤਰਾ ਕਿਸੇ ਨਾ ਮਿਲਿਆ। ਮੌਤ ਦਾ ਭੇਤ ਤੇ ਕਿਸੇ ਨੂੰ ਅੱਜ ਤੱਕ ਨਹੀਂ ਆਇਆ। ਇਹ ਕਿਵੇਂ ਭਾਣਾ ਵਾਪਰ ਗਿਆ ਆਪਾਂ ਲਫ਼ਜ਼, ਇਹ ਕੀ ਹੋ ਗਿਆ? ਗੁਰੂ ਸਾਹਿਬ ਕਹਿੰਦੇ ਕਿਸੇ ਨੂੰ ਭੇਤ ਨਹੀਂ ਆਇਆ। ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾਂ ਜਮ ਪਕੜ ਚਲਾਇਆ, ਝੂਠਾ ਰੁਦਨ ਹੋਆ ਦੁਆਲੈ, ਖਿਨ ਮੈਂ ਪਿਆ ਪਰਾਇਆ। ਕਹਿੰਦੇ ਰੁਦਨ ਤੇ ਤਾਂ ਕਰੋ ਨਾ ਜੇ ਉਹ ਜਾਗ ਜਾਏ, ਉਹ ਮੁੜ ਕੇ ਆ ਜਾਏ। ਕਹਿੰਦੇ ਭੇਤ ਚੇਤ ਹਰ ਕਿਸੇ ਨਾ ਮਿਲਿਓ, ਨਾ ਭੇਤ ਮਿਲਿਆ ਨਾ ਕੋਈ ਚੇਤਾ ਮਿਲਿਆ, ਇਹ ਕਿਵੇਂ ਹੋ ਗਿਆ? ਕਹਿੰਦੇ ਇਹ ਕਿਸੇ ਨੂੰ ਨਹੀਂ, ਜਦ ਜਮ ਲੈ ਗਿਆ ਇੱਥੋਂ। ਕਹਿੰਦੇ ਫਿਰ ਰੁਦਨ ਹੀ ਹੋਇਆ ਆਸ ਪਾਸ ਬੈਠ ਕੇ ਝੂਠੇ ਤੌਰ ਤੇ, ਉਹ ਜਾਣ ਵਾਲਾ ਤੇ ਖਿੰਚ ਪਰਾਇਆ ਹੋ ਗਿਆ ਜੀ। ਸਾਈ ਵਸਤ ਪ੍ਰਾਪਤ ਹੋਈ ਜਿਸ ਸਿਓ ਲਾਇਆ ਹੇਤ, ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਲਾਵੀ ਲੁਣਿਆ ਖੇਤ। ਸਾਹਿਬ ਜੀ ਕਹਿੰਦੇ ਕਿ ਸਾਰੀ ਵਸਤ ਜਿਹੜੀ ਪ੍ਰਾਪਤ ਹੋਈ ਨਾ, ਜਿਸ ਸਿਓ ਅਸੀਂ ਹੇਤ ਲਾਇਆ ਸੀ, ਕਹਿੰਦੇ ਉਹ ਝੱਟ 'ਚ ਪਰਾਈ ਹੋ ਜਾਂਦੀ ਚੌਥੇ ਪੈਰ 'ਚ। ਕਹਿੰਦੇ ਫਿਰ ਕੋਈ ਨਹੀਂ, ਇਹ ਕਹਿੰਦੇ ਚੌਥਾ ਪੈਰ ਮੌਤ ਆਉਣ ਤੋਂ ਪਹਿਲਾਂ ਹੀ ਚੀਜ਼ਾਂ ਪਰਾਈਆਂ ਹੋ ਜਾਂਦੀਆਂ, ਜਿਨ੍ਹਾਂ ਨੂੰ ਜੰਮਿਆ ਉਹ ਵੀ ਪਰਾਏ ਹੋ ਜਾਂਦੇ। ਕਹਿੰਦੇ ਉਹ ਵੀ ਮੰਜੇ ਨੂੰ ਲੱਤਾਂ ਮਾਰਦੇ, ਕਹਿੰਦੇ ਪਰਾਂ ਹੁੰਦੇ। ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਕਿ ਸਾਈ ਵਸਤ ਪ੍ਰਾਪਤ ਹੋਈ ਜਿਸ ਸਿਓ ਲਾਇਆ ਹੇਤ। ਕਹਿੰਦੇ ਕੋਈ ਵੀ ਵਸਤ ਦੇ ਨਾਲ ਕੋਈ ਸਾਂਝ ਬਣੀ ਨਹੀਂ ਜਿਹਦੇ ਨਾਲ ਸਾਰੀ ਜ਼ਿੰਦਗੀ ਪਿਆਰ ਲਾਇਆ ਸੀ। ਕਹੋ ਨਾਨਕ ਪ੍ਰਾਣੀ ਚੌਥੇ ਪੈਰੈ ਲਾਵੀ ਲੁਣਿਆ ਖੇਤ। ਕਹਿੰਦੇ ਇਹ ਹੁਣ ਖੇਤ ਵੱਢਿਆ ਗਿਆ, ਕਹਿੰਦੇ ਹੁਣ ਕੱਖ ਨਹੀਂ ਹੱਥ 'ਚ ਰਹਿ ਗਿਆ, ਜੋ ਹੋਣਾ ਸੀ ਉਹ ਦੂਜੇ ਅਤੇ ਤੀਜੇ ਪੈਰ ਦੇ ਵਿੱਚ ਹੋਣਾ ਸੀ, ਕਿਉਂਕਿ ਪਹਿਲੇ ਪੈਰ 'ਚ ਤਾਂ ਜੁੜੇ ਹੋਏ ਸੀ ਨਾ। ਪਹਿਲੇ ਪੈਰ 'ਚ ਤਾਂ ਬਿਲਕੁਲ ਜੁੜਿਆ ਹੋਇਆ ਸੀ ਬੰਦਾ, ਬਿਲਕੁਲ ਮਨੁੱਖ ਪੂਰਨ ਧਿਆਨ ਦੇ ਵਿੱਚ ਸੀ। ਪਹਿਲੇ ਪਹਿਰ ਦੇ ਵਿੱਚ ਇੱਕ ਜਿਹੜੀ ਅੰਦਰ ਆਤਮਾ ਪਰਾਤਮ ਦਾ ਰੂਪ ਸੀ, ਉਹ ਜਿਹੜਾ ਜੀ ਸੀ ਉਹ ਬ੍ਰਹਮ ਰੂਪ ਸੀ, ਉਹਨੂੰ ਬੰਦਗੀ ਕਰਨੀ ਨਹੀਂ ਪੈਂਦੀ ਸੀ, ਉਹ ਬੰਦਗੀ ਰੂਪ ਸੀ ਮਾਤਾ ਦੇ ਉਰਦ ਦੇ ਵਿੱਚ। ਪਰ ਇੱਥੇ ਮਾਇਆ ਦੀ ਪਕੜ ਨੇ ਉਹ ਧਿਆਨ ਜਿਹੜਾ ਖਿੜਤਾ, ਦੁਨਿਆਵੀ ਗਿਆਨ ਨੇ ਧਿਆਨ ਨੂੰ ਖੋਹ ਲਿਆ, ਕਹਿੰਦੇ ਧਿਆਨ ਵਿਸਰ ਗਿਆ। ਇਹ ਸਿਰਫ ਦੋ ਪੈਰ ਮਿਲੇ ਨੇ ਜ਼ਿੰਦਗੀ ਦੇ ਅਸਲ ਦੇ ਵਿੱਚ, ਦੂਜਾ ਪੈਰ ਅਤੇ ਤੀਜਾ ਪੈਰ। ਕਹਿੰਦੇ ਚੌਥੇ ਪੈਰ 'ਚ ਤਾਂ ਪੈਰ ਹੀ ਤਿਲਕ ਜਾਣਾ ਨਾ, ਫਿਰ ਕਹਿੰਦੇ ਫਿਰ ਜਿਸ ਤੋਂ ਅਸੀਂ ਜਪਣਾ ਮੂੰਹ ਵੀ ਸੁੱਕ ਜਾਣਾ, ਕਹਿੰਦੇ ਬਾਰ ਬਾਰ ਹਰੀ ਵੀ ਨਹੀਂ ਬੋਲਿਆ ਜਾਣਾ, ਕੰਨਾਂ ਤੋਂ ਸੁਣਿਆ ਵੀ ਨਹੀਂ ਜਾਣਾ, ਨਾ ਅੱਖਾਂ ਤੋਂ ਦਿਸਣਾ। ਗੁਰੂ ਸਾਹਿਬ ਇਸ ਕਰਕੇ ਕਹਿੰਦੇ ਕਿ ਲਾਵੀ ਆਇਆ ਖੇਤ। ਕਹਿੰਦੇ ਬੁਢੇਪਾ ਚੜ੍ਹਦੇ ਹੀ ਕਹਿੰਦੇ ਉਹ ਆ ਜਾਂਦੇ ਆ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਦਰਬਾਰ ਦੇ ਇੱਕ ਸਿੱਖ ਹੋਏ ਨੇ, ਗੁਰੂ ਸਾਹਿਬ ਸਿੱਖਾਂ ਦੇ ਨਾਲ ਚੋਜ ਵਰਤਾਉਣ ਲਈ ਇੱਕ ਥਾਂ 'ਤੇ ਪਹੁੰਚੇ ਨੇ। ਸਿਰਫ ਇੱਕ ਮਿੰਟ ਭਾਈ ਸਾਹਿਬ ਜੀ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਪਹੁੰਚੇ ਭਾਈ ਪੁਰਾਣਾ ਦੇ ਘਰ, ਅਤੇ ਉਹਦੇ ਮੁੰਡੇ ਦਾ ਵਿਆਹ ਸੀ ਕੱਲ੍ਹ। ਸਾਰੇ ਘਰ ਦੇ ਜੀ ਤਿਆਰੀਆਂ ਕਰਨ, ਅਤੇ ਉਹ ਬੈਠਾ ਕੁਝ ਸੀਤਾ ਜਾਏ ਸੀ ਜਾਏ ਧਾਗਾ ਲੈ ਕੇ ਦੋ ਚਾਦਰਾਂ ਨੂੰ ਆਪਸ ਦੇ ਵਿੱਚ, ਸਾਰੇ ਮੱਥੇ ਨੂੰ ਹੱਥ ਮਾਰਨ, ਸਾਰਾ ਟੱਬਰ ਸਾਰਾ ਪਿੰਡ ਖੁਸ਼ੀਆਂ ਮਨਾਉਣ ਲੱਗਿਆ ਹੋਇਆ। ਇਹਦੇ ਕੀ ਹੋ ਗਿਆ, ਇਹਦੇ ਪੁੱਤਰ ਦਾ ਵਿਆਹ, ਪਿਓ ਕਿਹੜੇ ਪਾਸੇ ਲੱਗਿਆ, ਕੀ ਉਧੇੜ ਪੁੰਨ 'ਚ ਲੱਗਿਆ ਹੋਇਆ, ਕੀ ਉਧੇੜ ਪੁੰਨ ਹੈ?
ਉਹਨੂੰ ਜਾ ਕੇ ਪੁੱਛਿਆ ਕੀ ਹੈ, ਤੇ ਲੋਕਾਂ ਨੇ ਸੋਚਿਆ